खबर की नजर। ਸਤਿ ਸ੍ਰੀ ਅਕਾਲ ਜੀ, ਪ੍ਰੋਗਰਾਮ ਖਬਰ ਤੇ ਨਜ਼ਰ ਹਰਜਿੰਦਰ ਵਾਲੀਆ ਸ਼ੋਅ ਵਿੱਚ ਤੁਹਾਡਾ ਸਵਾਗਤ। ਪਿਆਰੇ ਦਰਸ਼ਕੋ, ਤੁਹਾਨੂੰ ਅੰਦਾਜ਼ਾ ਹੀ ਹੋਏਗਾ ਕਿ ਅੱਜ ਦੀ ਪਹਿਲੀ ਖਬਰ, ਮੁੱਖ ਖਬਰ ਜਿਸ ਨੂੰ ਡੇ ਆਫ ਦੀ ਲੀਡ ਤਾਂ ਫਿਰ ਚੰਡੀਗੜ੍ਹ ਦਾ ਮੇਅਰ ਹੀ ਬਣੂ, ਜਿਹਦੇ ਬਾਰੇ ਕਿਹਾ ਜਾਂਦਾ ਹੈ ਕਿ ਕੱਲ ਲੋਕਤੰਤਰ ਦੀ ਲੁੱਟ ਹੋਈ। ਗਣਤੰਤਰ ਦੇ ਮਹੀਨੇ ਦੇ ਵਿੱਚ ਗਣਤੰਤਰ ਨੂੰ ਬੁਰੀ ਤਰੀਕੇ ਨਾਲ ਖਤਮ ਕੀਤਾ ਗਿਆ, ਲੁੱਟਿਆ ਗਿਆ, ਘੜੀਸਿਆ ਗਿਆ, ਜੋ ਮਰਜ਼ੀ ਕਹਿ ਲਓ। ਸੰਵਿਧਾਨ ਦੇ ਮਾਮਲੇ ਦੇ ਵਿੱਚ ਜੋ ਭਗਵੰਤ ਮਾਨ, ਰਾਘਵ ਚੱਡਾ ਜਾਂ ਕੇਜਰੀਵਾਲ ਸਾਹਿਬ ਕਹਿੰਦੇ ਨੇ, ਉਹਨਾਂ ਦੇ ਮੁਤਾਬਕ ਇਹ ਗੱਲ ਕਰਾਂਗੇ ਆਪਾਂ, ਕਿਉਂ ਕਿਹਾ ਉਹਨਾਂ ਨੇ। ਤੇ ਫਿਰ ਇੱਕ ਦੋ ਖਬਰਾਂ ਕਾਂਗਰਸ ਦੀਆਂ ਵੀ ਲੈਣੀਆਂ ਨੇ, ਤੇ ਕਾਂਗਰਸ ਦਾ ਕਾਟੋ ਕਲੇਸ਼ ਕਰ ਲੁਧਿਆਣੇ ਵੀ ਜਿਹੜਾ ਹੈ ਉਹ ਨਜ਼ਰ ਆਇਆ, ਇਹ ਗੱਲ ਵੀ ਕਰਨੀ ਬਣਦੀ ਹੈ। ਭਗਵੰਤ ਮਾਨ ਸਾਹਿਬ ਹੁਣ ਤੋਂ ਥੋੜ੍ਹੀ ਦੇਰ ਬਾਅਦ ਪੰਜਾਬੀ ਯੂਨੀਵਰਸਿਟੀ ਪਟਿਆਲਾ 'ਚ ਆਉਣਗੇ, ਤੇ ਉੱਥੇ ਉਹਨਾਂ ਨੇ ਜਿਹੜੇ ਯੂਥ ਫੈਸਟੀਵਲਾਂ 'ਚ ਉਹ ਪਾਪੂਲਰ ਹੋਏ ਸੀ, ਉੱਥੇ ਉਹਦਾ ਉਦਘਾਟਨ ਕਰਨਾ ਜਾਂ ਉਹਦੇ 'ਚ ਸ਼ਾਮਿਲ ਹੋਣਾ। ਦੇਖਦੇ ਹਾਂ ਕਿ ਯੂਨੀਵਰਸਿਟੀ ਦੇ ਕਰਜ਼ੇ ਬਾਰੇ, ਯੂਨੀਵਰਸਿਟੀ ਦੇ ਪ੍ਰੋਫੈਸਰਾਂ ਦੀਆਂ ਤਨਖਾਹਾਂ ਤੇ ਪੈਨਸ਼ਨਾਂ ਬਾਰੇ ਕੁਛ ਬੋਲਦੇ ਨੇ, ਇਹ ਵੀ ਆਪਾਂ ਦੇਖਾਂਗੇ। ਤੇ ਨਾਲ ਆਪਾਂ ਇੱਕ ਦੋ ਇੰਟਰਸਟਿੰਗ ਖਬਰਾਂ ਜਿਹੜੀਆਂ ਲੈਣੀਆਂ ਨੇ। ਐਲਨ ਮਸਕ ਨੇ ਇੱਕ ਚਿਪ ਜਿਹੜੀ ਹੈ ਦਿਮਾਗ ਤੇ ਲਾਉਣ ਵਾਲੀ ਬਣਾਈ ਹੈ, ਉਹ ਕਿੰਨੀ ਕੁ ਕਾਮਯਾਬ ਹੋਏਗੀ, ਜੇ ਹੋ ਜਾਂਦੀ ਹੈ ਉਹਦਾ ਕਿੰਨਾ ਕੁ ਫਾਇਦਾ ਹੋਏਗਾ, ਇਹਦੀ ਵੀ ਗੱਲ ਕਰਨੀ ਹੈ। ਤੇ ਇੱਕ ਗੱਲ ਆਪਾਂ ਹੋਰ ਵੀ ਕਰਨੀ ਹੈ ਕਿ ਅਸੀਂ, ਸਾਨੂੰ ਹੌਸਲਾ ਹੋਣਾ ਚਾਹੀਦਾ ਹੈ ਕਿ 180 ਦੇਸ਼ਾਂ ਦੀ ਇੱਕ ਲਿਸਟ ਜਾਰੀ ਕੀਤੀ ਹੈ ਟਰਾਂਸਪੇਰੈਂਸੀ ਇੰਟਰਨੈਸ਼ਨਲ ਨੇ ਕਰਪਟ ਦੇਸ਼ਾਂ ਦੀ, ਉਹਦੇ 'ਚ ਸਾਡਾ ਜਿਹੜਾ ਦੇਸ਼ ਹੈ 93 ਨੰਬਰ 'ਤੇ ਹੈ, ਡੈਨਮਾਰਕ ਪਹਿਲੇ ਨੰਬਰ 'ਤੇ ਹੈ, ਸਾਥੋਂ ਪਿੱਛੇ। ਸਾਡੀ ਤਾਂ ਬਸ ਇਹੀ ਤਸੱਲੀ ਹੈ ਕਿ ਸਾਥੋਂ ਪਿੱਛੇ ਜਿਹੜਾ ਹੈ ਉਹ ਪਾਕਿਸਤਾਨ ਹੈ ਕਰਪਸ਼ਨ ਦੇ ਮਾਮਲੇ ਦੇ ਵਿੱਚ। ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਖਬਰਾਂ ਨੇ। ਤੇ ਨਾਲ ਚੰਡੀਗੜ੍ਹ ਦੇ, ਚੰਡੀਗੜ੍ਹ ਯੂਨੀਵਰਸਿਟੀ ਦੇ ਸਤਨਾਮ ਸੰਧੂ ਰਾਜ ਸਭਾ ਦੇ ਮੈਂਬਰ ਬਣ ਗਏ, ਉਹਦਾ ਗੱਲ ਵੀ ਕਰਨੀ ਬਣਦੀ ਹੈ। ਇੱਕ ਕਿਸਾਨ ਦਾ ਮੁੰਡਾ ਰਾਜ ਸਭਾ 'ਚ ਪਹੁੰਚਿਆ ਹੈ, ਇਹ ਵੀ ਗੱਲ ਕਰਾਂਗੇ। ਤੇ ਹੋਰ ਬਹੁਤ ਸਾਰੀਆਂ ਖਬਰਾਂ ਨੇ। ਤੇ ਫਰਾਂਸ ਦੇ ਵਿੱਚ ਪੰਜਾਬ ਦੇ ਜਿਹੜੇ ਕਿਸਾਨਾਂ ਤੋਂ ਪ੍ਰੇਰਿਤ ਹੋ ਕੇ ਹੁਣ ਪੈਰਿਸ ਘੇਰ ਲਿਆ ਉੱਥੋਂ ਦੇ ਕਿਸਾਨਾਂ ਨੇ, ਇਹ ਗੱਲ ਵੀ ਕਰਾਂਗੇ। ਲੇਕਿਨ ਸਭ ਤੋਂ ਪਹਿਲਾਂ ਆਪਾਂ ਗੱਲ ਕਰੀਏ ਜੋ ਕੱਲ੍ਹ ਚੰਡੀਗੜ੍ਹ ਦੇ ਵਿੱਚ ਹੋਇਆ। ਚੰਡੀਗੜ੍ਹ ਦੇ ਮੇਅਰ ਦੀ ਚੋਣ ਸੀ ਕੱਲ, ਪਹਿਲੇ ਦਿਨ ਤੋਂ ਹੀ ਇਹ ਡਰ ਭਾਰਤੀ ਜਨਤਾ ਪਾਰਟੀ ਦੇ ਸਾਹਮਣੇ ਆ ਗਿਆ ਸੀ। 18 ਜਨਵਰੀ ਨੂੰ ਚੋਣ ਹੋਣੀ ਸੀ, ਲੇਕਿਨ ਅਨਿਲ ਮਸੀਹ ਜਿਹੜਾ ਕਿ ਚੰਡੀਗੜ੍ਹ ਦੀ ਘੱਟ ਗਿਣਤੀ ਭਾਈਚਾਰੇ ਦਾ ਕੋਆਰਡੀਨੇਟਰ ਹੈ ਔਰ ਨਾਮਜ਼ਦ ਮੈਂਬਰ ਹੈ ਭਾਰਤੀ ਜਨਤਾ ਪਾਰਟੀ ਦਾ, ਉਹਨੂੰ ਬਣਾਇਆ ਗਿਆ ਸੀ ਪ੍ਰੈਜ਼ਾਈਡਿੰਗ ਅਫਸਰ, ਤੇ 18 ਜਨਵਰੀ ਨੂੰ ਉਹਦੀ ਢੂਹੀ ਦਿਖਣ ਲੱਗ ਗਈ ਸੀ ਤੇ ਉਹ ਹਸਪਤਾਲ 'ਚ ਦਾਖਲ ਹੋ ਗਿਆ ਸੀ। ਤੇ ਫਿਰ ਆਮ ਆਦਮੀ ਪਾਰਟੀ ਤੇ ਕਾਂਗਰਸ ਇਹ ਗੱਠਜੋੜ ਚਲਿਆ ਗਿਆ ਸੀ ਹਾਈਕੋਰਟ ਦੇ ਵਿੱਚ, ਤੇ ਹਾਈਕੋਰਟ ਨੇ ਕਿਹਾ ਸੀ ਕਿ 6 ਫਰਵਰੀ ਜਿਹੜੀ ਡੇਟ ਦਿੱਤੀ ਹੈ ਵੀ ਚੋਣ ਹੋਏਗੀ ਇਹ ਲੰਬੀ ਹੈ, ਤੁਸੀਂ ਜਲਦੀ ਕਰਾਓ। ਫਿਰ 30 ਨੂੰ ਚੋਣ ਕਰਾਉਣ ਦਾ ਫੈਸਲਾ ਹੋਇਆ ਸੀ। ਵੀਡੀਓਗ੍ਰਾਫੀ ਕਰਨ ਦੀ ਵੀ ਗੱਲ ਕੋਰਟ ਨੇ ਕੀਤੀ ਸੀ।
ਕੱਲ ਵੀਡੀਓਗ੍ਰਾਫੀ ਵੀ ਹੋਈ, ਸਭ ਕੁਛ ਹੋਇਆ, ਲੇਕਿਨ ਜਿਸ ਤਰੀਕੇ ਨਾਲ ਉੱਥੇ 8 ਵੋਟਾਂ ਰੱਦ ਕੀਤੀਆਂ ਗਈਆਂ, ਮਤਲਬ ਕਿ 16 ਵੋਟਾਂ ਪਈਆਂ ਦਿਖਾਈਆਂ ਗਈਆਂ ਭਾਰਤੀ ਜਨਤਾ ਪਾਰਟੀ ਨੂੰ, 12 ਪਈਆਂ ਗਠਜੋੜ ਨੂੰ, ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਗਠਜੋੜ ਨੂੰ, ਤੇ 8 ਵੋਟਾਂ ਰੱਦ ਹੋਈਆਂ। ਜਿਹੜੀਆਂ ਰੱਦ ਹੋਈਆਂ ਵੋਟਾਂ ਉਹਨਾਂ ਬਾਰੇ ਇਹ ਇਲਜ਼ਾਮ ਹੈ ਗਠਜੋੜ ਦਾ ਕਿ ਆਹ ਦੇਖ ਲਓ ਤੁਸੀਂ ਵੀਡੀਓ ਦੇ ਵਿੱਚ ਉਹਨਾਂ ਨੂੰ ਅਨਿਲ ਮਸੀਹ ਖੁਦ ਹੀ ਰੱਦ ਕਰ ਰਿਹਾ, ਖੁਦ ਹੀ ਉੱਥੇ ਨਿਸ਼ਾਨੀਆਂ ਲਾ ਰਿਹਾ। ਤੇ ਇਹਦੇ ਨਾਲ ਹੀ ਜਿਸ ਤਰੀਕੇ ਨਾਲ ਕੋਈ ਐਲਾਨ ਨਹੀਂ ਹੋਇਆ, ਜਿਸ ਤਰੀਕੇ ਨਾਲ ਫੜ ਕੇ ਮਨੋਜ ਸੋਨਕਰ ਨੂੰ ਮੇਅਰ ਦੀ ਕੁਰਸੀ ਤੇ ਬਿਠਾ ਦਿੱਤਾ ਗਿਆ, ਔਰ ਜਿਸ ਕਿਸਮ ਦੀ ਬਾਡੀ ਲੈਂਗੁਏਜ ਅਨਿਲ ਮਸੀਹ ਦੀ ਸੀ, ਇਹ ਵੀ ਕਮਾਲ ਹੀ ਦੇਖਣ ਨੂੰ ਮਿਲਿਆ। ਕੱਲ ਵੱਡਾ ਡਰਾਮਾ ਬਹੁਤ ਦਿਨਾਂ ਬਾਅਦ ਇਸ ਤਰ੍ਹਾਂ ਦਾ ਮਿਲਿਆ। ਮੈਂ ਸਵੇਰੇ ਕਿਹਾ ਸੀ ਕਿ ਭਾਰਤੀ ਜਨਤਾ ਪਾਰਟੀ ਉਹ ਜਿਹੜੀ ਗੱਲ ਕਹਿੰਦੇ ਜਿੱਤਣਾ ਜਿੱਤਣਾ ਹਰ ਹੀਲੇ ਜਿੱਤਣਾ ਹੈ, ਤੋ ਹਰ ਹੀਲੇ ਜਿੱਤ ਗਈ। ਮਨੋਜ ਸੋਨਕਰ ਬਣ ਗਿਆ ਉਹਨਾਂ ਦਾ ਮੇਅਰ, ਤੇ ਦੂਜੇ ਪਾਸੇ ਜਿਹੜੀ ਮੇਅਰ ਦੀ ਚੋਣ ਨੂੰ ਲੈ ਕੇ ਜਿਹੜਾ ਰੌਲਾ ਰੱਪਾ ਪੈਣਾ ਸੀ ਉਹ ਵੀ ਪਿਆ। ਔਰ ਦੂਜੇ ਵੈਸੇ ਇਹ ਵੀ ਦੱਸ ਦਈਏ ਕਿ ਬਾਕੀ ਜਿਹੜਾ ਸੀਨੀਅਰ ਡਿਪਟੀ ਮੇਅਰ ਔਰ ਮੇਅਰ ਦਾ ਬਾਈਕਾਟ ਕਰਤਾ, ਉਹਦੇ ਵਿੱਚ ਕੁਲਜੀਤ ਸਿੰਘ ਸੀਨੀਅਰ ਜਿਹੜਾ ਹੈ ਡਿਪਟੀ ਮੇਅਰ ਔਰ ਰਜਿੰਦਰ ਸ਼ਰਮਾ ਨੂੰ ਮੇਅਰ ਬਣਾ ਦਿੱਤਾ ਗਿਆ। ਹੁਣ ਇਹ ਸਾਰਾ ਕੁਛ ਹੋਇਆ ਤੇ ਅੱਜ ਇਹ ਗੱਲ ਨੂੰ ਲੈ ਕੇ ਗਠਜੋੜ ਚਲਿਆ ਗਿਆ ਹਾਈਕੋਰਟ ਦੇ ਵਿੱਚ। ਹਾਈਕੋਰਟ 'ਚ ਅੱਜ ਸੁਣਵਾਈ ਹੋਣੀ ਹੈ, ਇਹ ਪਤਾ ਲੱਗੂਗਾ ਕਿ ਕੀ ਉੱਥੇ ਜਿਹੜਾ ਹੁੰਦਾ ਹੈ ਫੈਸਲਾ। ਦੋ ਤਿੰਨ ਗੱਲਾਂ ਹੋਰ ਨੋਟ ਕਰਕੇ, ਜਿਹੜੀ ਆਪਾਂ ਇਹ ਤਾਂ ਹੈ ਨਾ ਅੰਕੜਾ ਕੀ ਹੋਇਆ, ਤੁਸੀਂ ਦੇਖ ਹੀ ਰਹੇ ਹੋ ਜਿਵੇਂ ਬਿਠਾਇਆ ਗਿਆ। ਲਿਖੋ ਦੋ ਗੱਲਾਂ ਤਾਂ ਮੈਂ ਉਹ ਦੇਖੀ ਹੈ, ਚੋਣ ਉਹਦੇ 'ਚ ਸਪਸ਼ਟ ਹੁੰਦੀਆਂ ਨੇ ਕਿ ਕਿਸੇ ਵੀ ਜਿਹੜੀਆਂ ਵੋਟਾਂ ਰੱਦ ਹੁੰਦੀਆਂ ਨੇ ਨਾ, ਜਿਹੜਾ ਅਕਾਊਂਟਿੰਗ ਏਜੰਟ ਹੁੰਦਾ, ਜਿਹੜਾ ਪੋਲਿੰਗ ਏਜੰਟ ਅਕਾਊਂਟਿੰਗ ਏਜੰਟ ਜਿਹੜਾ ਹੁੰਦਾ, ਕਾਊਂਟ ਕਰਨ ਵੇਲੇ ਵੀ ਇੱਕ ਏਜੰਟ ਮਿਲਦਾ, ਉਹਨੂੰ ਦਿਖਾਈਆਂ ਜਾਂਦੀਆਂ ਨੇ ਦੇਖੋ ਜੀ ਤੁਹਾਡੀਆਂ ਵੋਟਾਂ ਜਿਹੜੀਆਂ ਗਲਤ ਨੇ ਤੇ ਰੱਦ ਹੋ ਰਹੀਆਂ ਨੇ, ਕਿਸੇ ਨੂੰ ਨਹੀਂ ਦਿਖਾਇਆ ਗਿਆ। ਚੁੱਪ ਚਾਪ ਜਿਹੜਾ ਅਨਿਲ ਮਸੀਹ ਹੈ, ਜਿਹੜਾ ਮਸੀਹਾ ਬਣ ਕੇ ਟੱਕਰਿਆ ਹੈ ਭਾਰਤੀ ਜਨਤਾ ਪਾਰਟੀ ਨੂੰ, ਜਿਹਦੇ ਬਾਰੇ ਮਾਨ ਸਾਹਿਬ ਕਹਿੰਦੇ ਨੇ ਗੋਡੇ ਭਾਰ ਹੋ ਗਿਆ ਉਹ, ਤੇ ਉਹ ਜਿਸ ਤਰੀਕੇ ਨਾਲ ਉਹਦੇ ਹੱਥ ਕੰਬ ਰਹੇ ਸੀ, ਕਿਉਂਕਿ ਜਦੋਂ ਵੀ ਕੋਈ ਕੰਮ ਗਲਤ ਹੁੰਦਾ ਨਾ ਹੱਥ ਤਾਂ ਕੰਬਦੇ ਨੇ, ਬਾਡੀ ਲੈਂਗੁਏਜ ਇਹ ਕਹਿ ਰਹੀ ਹੈ। ਮੈਨੂੰ ਨੀ ਪਤਾ ਬਾਕੀ ਤਾਂ ਕੋਰਟ ਨੇ ਫੈਸਲਾ ਕਰਨਾ ਹੈ ਕਿ ਗਲਤ ਹੱਥ ਕੰਬ ਰਹੇ ਜਾਂ ਠੀਕ, ਪਰ ਨਜ਼ਰ ਜੋ ਆ ਰਿਹਾ ਸੀ ਮੈਂ ਉਹਦੀ ਗੱਲ ਕਰ ਰਿਹਾ। ਫਿਰ 8 ਵੋਟਾਂ ਇਨਵੈਲਿਡ ਕਿਹਦੀਆਂ ਹੁੰਦੀਆਂ ਨੇ, ਜਿਹੜੀਆਂ ਉਹ ਗਠਜੋੜ ਦੀਆਂ ਹੀ ਹੁੰਦੀਆਂ ਨੇ, ਇਹ ਵੀ ਹੈ। ਸੋ ਇਹ ਤਾਂ ਦੋ ਤਿੰਨ ਗੱਲਾਂ, ਉਹਨਾਂ ਨੂੰ ਦਿਖਾਉਣਾ ਚਾਹੀਦਾ ਸੀ ਅਕਾਊਂਟਿੰਗ ਏਜੰਟ ਨੂੰ, ਉਹ ਨਹੀਂ ਦਿਖਾਇਆ ਗਿਆ। ਇੱਥੋਂ ਕਿਤੇ ਨਾ ਕਿਤੇ ਜਿਹੜੀ ਗਠਜੋੜ ਦੇ ਲੀਡਰ ਨੇ ਉਹਨਾਂ ਦੇ ਜਿਹੜੇ ਦੋਸ਼ ਨੇ ਉਹ ਸਾਹਮਣੇ ਆਉਂਦੇ ਨੇ ਕਿ ਪਾਰਦਰਸ਼ਤਾ ਉਨੀ ਨਹੀਂ ਜਿੰਨੀ ਕੁ ਹੋਣੀ ਚਾਹੀਦੀ ਸੀ ਜਾਂ ਦਿਖਾਉਣੀ ਚਾਹੀਦੀ ਸੀ। ਤੇ ਫਿਰ ਉਦੋਂ ਬਾਅਦ ਕੀ ਹੋ ਗਿਆ, ਉਦੋਂ ਬਾਅਦ ਦੋ ਗੱਲਾਂ, ਵੈਸੇ ਮੈਂ ਤੁਹਾਨੂੰ ਇੱਕ ਹੋਰ ਗੱਲ ਯਾਦ ਕਰਾਵਾਂ, ਭਾਰਤੀ ਜਨਤਾ ਪਾਰਟੀ ਕੋਲ ਕੋਈ ਨਵਾਂ ਤਰੀਕਾ ਨਹੀਂ ਹੈ। ਜੇ ਤੁਸੀਂ ਕਹੋ ਕਿ ਬਿਲਕੁਲ ਨਵੇਂ ਤਰੀਕੇ ਨਾਲ ਇਸ ਤਰ੍ਹਾਂ ਹੋਇਆ, ਨਾ ਨਾ ਨਾ, ਪਹਿਲਾਂ ਵੀ ਹੋ ਚੁੱਕਿਆ। ਯਾਦ ਕਰੋ ਇੱਕ ਟੀਵੀ ਮਾਲਕ ਹਰਿਆਣੇ ਦਾ, ਸੁਭਾਸ਼ ਚੰਦਰਾ ਉਹਦਾ ਨਾਂ ਹੈ, ਜਿਸ ਤਰੀਕੇ ਨਾਲ ਉਹ ਖੜਾ ਸੀ, ਖੜਾ ਭਾਵੇਂ ਇੰਡੀਪੈਂਡੈਂਟ ਸੀ ਪਰ ਮਦਦ ਭਾਰਤੀ ਜਨਤਾ ਪਾਰਟੀ ਦਾ ਬੰਦਾ ਹੈ, ਮਦਦ ਭਾਰਤੀ ਜਨਤਾ ਪਾਰਟੀ ਨੇ ਕੀਤੀ ਸੀ, ਤੇ ਸੁਭਾਸ਼ ਚੰਦਰਾ ਕਿਵੇਂ ਜਿੱਤਿਆ ਸੀ, ਬਸ ਬਿਲਕੁਲ ਉਹੀ ਜਿਹੜਾ ਹੈ ਮਾਡਲ
ਇੱਥੇ ਬਣਾਇਆ ਗਿਆ, ਉੱਥੇ ਵੀ ਜਿਹੜੀਆਂ ਮੈਨੂੰ ਹੁਣ ਪੱਕੀ ਗਿਣਤੀ ਯਾਦ ਨਹੀਂ, ਸ਼ਾਇਦ 8-10 ਵੋਟਾਂ MP ਦੀਆਂ, ਜਿਹੜੇ ਰਾਜ ਸਭਾ ਦੇ ਬੰਦੇ ਜਿਹੜੇ MLA ਵੋਟ ਪਾਉਂਦੇ ਨੇ ਰਾਜ ਸਭਾ ਲਈ, MLA ਦੀਆਂ ਵੋਟਾਂ ਰੱਦ ਹੋਈਆਂ ਵੀ ਜਿਵੇਂ ਉਹਨਾਂ ਨੂੰ ਵੋਟ, ਉੱਥੇ ਵੀ ਇਹ ਕਿਹਾ ਗਿਆ ਸੀ ਕਿ ਇਹਦੇ ਦੀ ਇੰਕ ਨਹੀਂ ਮਿਲਦੀ। ਹੁਣ ਇੰਕ ਕਿਹਨੇ ਬਦਲੀ, ਕਿਵੇਂ ਬਦਲੀ, ਕੀ ਹੋਇਆ, ਇਹ ਸਾਰਾ ਕੁਛ ਬਾਅਦ ਦੀ ਗੱਲ ਹੈ। ਲੇਕਿਨ ਉਹ ਰਾਜ ਸਭਾ ਦੇ ਵਿੱਚ ਪਹੁੰਚ ਗਿਆ ਸੀ ਨਾ, ਜਿਵੇਂ ਇਹ ਮੇਅਰ ਦੀ ਕੁਰਸੀ ਤੇ ਬਿਠਾ ਦਿੱਤਾ ਗਿਆ। ਹੁਣ ਫੈਸਲਾ ਤਾਂ ਹਾਈ ਕੋਰਟ ਕਰੂਗੀ, ਲੇਕਿਨ ਕੱਲ ਫਿਰ 2-3 ਕਾਨਫਰੰਸਾਂ ਹੋਈਆਂ। ਇੱਕ ਤਾਂ ਕਾਨਫਰੰਸ ਕੀਤੀ ਰਾਘਵ ਚੱਡਾ ਔਰ ਪਵਨ ਬਾਂਸਲ ਨੇ, ਤੇ ਜਿਸ ਤਰੀਕੇ ਨਾਲ ਰਾਘਵ ਚੱਡਾ ਨੇ ਕਿਹਾ ਕਿ ਇਹਨਾਂ ਮਸੀਹ ਨੂੰ ਗ੍ਰਿਫਤਾਰ ਕਰਨਾ ਚਾਹੀਦਾ, ਇਹ ਦੇਸ਼ ਧਰੋਹ ਹੈ, ਰਾਸ਼ਟਰ ਧਰੋਹ ਹੈ, ਇਹਨੇ ਜੋ ਕੀਤਾ ਤੇ ਉਹਨੂੰ ਗ੍ਰਿਫਤਾਰ ਕਰੋ ਔਰ ਅਸੀਂ ਇਸ ਚੋਣ ਨੂੰ ਰੱਦ ਕਰਦੇ। ਪਵਨ ਬਾਂਸਲ ਨੇ ਵੀ ਇਹੀ ਗੱਲ ਕਹੀ ਕਿ ਗੱਠਜੋੜ, ਕਿਉਂਕਿ ਜੇ ਤਾਂ ਦੇਖਿਆ ਜਾਵੇ ਸਾਹਮਣੇ ਖੜਾ ਕੇ ਦੇਖ ਲਓ ਤੇ ਮੈਜੋਰਟੀ ਤਾਂ ਨਜ਼ਰ ਆਉਂਦੀ ਹੈ, 20 ਵੋਟਾਂ ਨੇ 35 ਦੇ ਵਿੱਚੋਂ ਇਸ ਗੱਠਜੋੜ ਨੂੰ। ਮੈਂ ਤਾਂ ਕੌਂਸਲਰ ਨੂੰ ਰੋਂਦੇ ਦੇਖਿਆ, ਤੇ ਜਦੋਂ ਮੈਂ ਕੱਲ੍ਹ ਇੱਥੇ ਇੱਕ ਪ੍ਰੋਗਰਾਮ ਕੀਤਾ ਤੇ ਮੈਨੂੰ ਉਸ ਵੇਲੇ ਇਉਂ ਲੱਗਿਆ ਕਿ ਗੱਲ ਭਾਵੇਂ ਠੀਕ ਹੋਵੇ, ਕਿਉਂਕਿ ਅਕਾਲੀ ਦਲ ਇਹ ਕਹਿ ਰਿਹਾ ਸੀ, ਕਹਿੰਦਾ ਜੀ ਇਹਨਾਂ ਨੇ ਕਿਹੜਾ ਘੱਟ ਕੀਤੀ ਪੰਚਾਇਤਾਂ ਦੇ ਮਾਮਲੇ, ਜਿਵੇਂ ਪੰਚਾਇਤਾਂ ਭੰਗ ਕੀਤੀਆਂ, ਜਿਵੇਂ ਪੰਜਾਬ ਦੀਆਂ ਨਗਰ ਪਾਲਿਕਾਵਾਂ ਤੇ ਜਾਂ ਨਗਰ ਨਿਗਮਾਂ ਤੇ ਇਹਨਾਂ ਨੇ ਜਿਹੜਾ ਕਬਜ਼ਾ ਕੀਤਾ, ਆਮ ਆਦਮੀ ਪਾਰਟੀ ਨੇ ਕਿਹੜਾ ਘੱਟ ਕੀਤਾ। ਮੇਰੇ ਯਾਦ ਆਇਆ ਵੀ ਕੋਈ ਵੀ ਘੱਟ ਨਹੀਂ ਕਰਦਾ, ਜਿਹਦੇ ਕੋਲ ਸੱਤਾ ਹੁੰਦੀ ਹੈ ਖਾਸ ਤੌਰ ਤੇ ਪੰਚਾਇਤਾਂ ਤੇ ਨਗਰ ਪਾਲਿਕਾਵਾਂ ਤੇ ਜਿਵੇਂ ਕਬਜ਼ੇ ਹੁੰਦੇ ਨੇ ਉਹ ਆਪਾਂ ਨੂੰ ਪਤਾ। ਪਰ ਇਹਦਾ ਮਤਲਬ ਇਹ ਨਹੀਂ ਕਿ ਚੰਡੀਗੜ੍ਹ ਦੇ ਵਿੱਚ ਜੋ ਕੁਛ ਹੋਇਆ ਉਹਨੂੰ ਆਪਾਂ ਜਸਟੀਫਾਈ ਕਰ ਦਈਏ ਕਿ ਜੀ ਜੇ ਇਹ ਕਰਦੇ ਰਹੇ ਨੇ ਤੇ ਆਪਾਂ ਇਹਨੂੰ ਵੀ ਇਹ ਕਹੀਏ, ਇਸ ਤਰ੍ਹਾਂ ਸ਼ਾਇਦ ਨਹੀਂ ਤੇ। ਲੇਕਿਨ ਜਦੋਂ ਇਹ ਭਗਵੰਤ ਮਾਨ ਵੀ ਦਿਖਾ ਰਹੇ ਨੇ, ਭਗਵੰਤ ਮਾਨ ਨੇ ਤਾਂ ਖੈਰ ਮਤਲਬ ਬਹੁਤ ਤਿੱਖੇ ਲਫ਼ਜ਼ਾਂ ਚ ਕਿਹਾ ਕਿ ਇਹ ਤਾਂ ਇੱਕ ਕਿਸਮ ਦਾ ਕਾਲਾ ਦਿਨ, ਉਹ ਦੋ ਹੀ ਗੱਲਾਂ, ਇੱਕ ਤਾਂ ਕਾਲਾ ਦਿਨ ਕਹਿੰਦੇ ਨੇ ਜ਼ਿਆਦਾ, ਇੱਕ ਇਤਿਹਾਸਿਕ ਦਿਨ ਕਹਿੰਦੇ ਨੇ। ਇਹਨਾਂ ਨੇ ਵੀ ਦਿਖਾਇਆ, ਨੇ ਮਸੀਹ ਦੇਖ ਲਓ, ਕਹਿੰਦੇ ਆਹ ਤੁਹਾਡੇ ਸਾਹਮਣੇ ਹੈ ਕਿਸ ਤਰੀਕੇ ਨਾਲ ਹੁੰਦਾ, ਤੇ ਕਹਿੰਦੇ ਵੀ ਇਹ ਤਾਂ ਕਮਾਲ ਇਹ ਹੋਈ, ਲੋਕਤੰਤਰ ਜਿਹੜਾ ਹੈ ਲੁੱਟਿਆ ਗਿਆ। ਦੇਖੋ ਇਹ ਗੱਲ ਤਾਂ ਕਾਫੀ, ਜਦੋਂ ਮਾਨ ਸਾਹਿਬ ਕਹਿੰਦੇ ਨੇ ਕਿਤੇ ਨਾ ਕਿਤੇ ਉਹ ਇਹਨੂੰ ਜਸਟੀਫਾਈ ਕਰਦੇ ਦਿਖਾਉਂਦੇ ਨੇ ਫੋਟੋ ਦੇ ਨਾਲ ਵੀ ਲੋਕਤੰਤਰ ਲੁੱਟਿਆ ਗਿਆ। ਭਾਵੇਂ ਰਾਘਵ ਚੱਡਾ ਨੂੰ ਕੇਜਰੀਵਾਲ ਨੇ ਵੀ ਇਹੀ ਗੱਲ ਕਹੀ ਹੈ ਕਿ ਜਿਸ ਤਰੀਕੇ ਨਾਲ ਕੱਲ ਹੋਇਆ ਇਹ ਤੋਂ ਤੁਸੀਂ ਅੰਦਾਜ਼ਾ ਲਾ ਲਓ ਕਿ ਜਦੋਂ 24 ਦੀ ਇਲੈਕਸ਼ਨ ਹੋਊਗੀ ਤਾਂ ਕੀ ਬਣੂਗਾ। ਭਗਵੰਤ ਮਾਨ ਕਹਿੰਦੇ ਜੇ 36 ਵੋਟਾਂ 'ਚ ਇਹ ਕੁਛ ਕਰ ਸਕਦੇ ਨੇ, ਜਦੋਂ ਕਰੋੜਾਂ ਵੋਟਾਂ ਹੋਣਗੀਆਂ ਨੇ ਉਹ 'ਚ ਕੀ ਹੋਏਗਾ, ਕਿਵੇਂ ਭੱਜਣਗੇ। ਤੇ ਮੈਂ ਤਾਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਇੱਕ ਵਾਰ, ਜਿਹਦੇ ਇਹ ਐਗਜ਼ਾਮਪਲ ਮੈਂ ਦਿੱਤੀ ਸੀ ਕਿ ਜਿਹੜੀ ਸਟਰੀਟ ਕ੍ਰਿਕਟ ਹੁੰਦੀ ਹੈ ਨਾ, ਉਹਦੇ 'ਚ ਜਿਹੜੇ ਬੱਚੇ ਕੋਲ ਬੈਟ ਹੁੰਦਾ ਉਹ ਖੇਡਦਾ, ਬੈਟਿੰਗ ਕਰਦਾ, ਜਦੋਂ ਆਊਟ ਹੋ ਜਾਂਦਾ ਆਪਦਾ ਬੈਟ ਲੈ ਕੇ ਭੱਜ ਜਾਂਦਾ। ਬਿਲਕੁਲ ਉਸੇ ਕਿਸਮ ਦੀ ਗੱਲ ਕੱਲ ਹੋਈ ਹੈ ਵੀ ਇਸਦਾ ਜਿੱਤਾ ਹੋ ਗਿਆ ਜਾਂ ਕਰ ਲਓ ਜੋ ਕੁਛ ਕਰਨਾ। ਇੰਨੀ ਕੁ ਰੋਂਡੀ ਜਿਹੜੀ ਹੈ ਕੱਲ ਦੇਖਣ ਨੂੰ ਮਿਲੀ, ਜਿਵੇਂ ਮੈਂ ਦੱਸਿਆ ਪਹਿਲੀ ਵਾਰ ਤਾਂ ਨਹੀਂ ਦੇਖੀ, ਉਹ ਤੋਂ ਪਹਿਲਾਂ ਵੀ ਆਪਾਂ ਹਰਿਆਣਾ 'ਚ ਵੀ ਦੇਖੀ। ਖੈਰ ਹੁਣ ਆਪਾਂ ਅੱਗੇ ਵਧੀਏ, ਅੱਜ ਜੋ ਹਾਈ ਕੋਰਟ ਫੈਸਲਾ ਕਰੂ ਉਹ 'ਤੇ ਟਿੱਪਣੀ ਕਰਾਂਗੇ, ਜੋ ਕੁਛ ਹੋਇਆ। ਲੇਕਿਨ ਲੋਕਤੰਤਰ ਦੇ ਵਿੱਚ ਪਾਰਦਰਸ਼ਤਾ ਹੋਵੇ ਤਾਂ ਚੰਗੀ ਗੱਲ ਹੈ, ਲੋਕਤੰਤਰ ਲੋਕਤੰਤਰ ਰਹੇ ਤਾਂ ਚੰਗੀ ਗੱਲ ਹੈ। ਹਰ ਸਿਆਣੇ ਬੰਦੇ ਦੇ ਮਨ ਦੇ ਵਿੱਚ ਦੁੱਖ ਹੁੰਦਾ ਜਿਹੜੀ ਮਰਜ਼ੀ ਪਾਰਟੀ ਕਰੇ, ਇਹ ਸਭ ਨੂੰ ਸਵੈ ਪੜਚੋਲ ਕਰਨੀ ਚਾਹੀਦੀ ਹੈ ਕਿ ਜਿਵੇਂ ਅੱਜ ਤੁਹਾਨੂੰ ਦੁੱਖ ਲੱਗਿਆ ਜਦੋਂ ਤੁਸੀਂ ਕਰਦੇ ਹੋ, ਬਾਕੀਆਂ ਨੂੰ ਵੀ ਐਵੇਂ ਦੁੱਖ ਲੱਗਦਾ ਹੋਏਗਾ। ਆਪਾਂ ਅਗਲੀ ਖਬਰ ਭਗਵੰਤ ਮਾਨ ਦੀ, ਕਿਉਂਕਿ ਹੁਣ ਗੱਲ ਕਰਕੇ ਹਟੇ ਭਗਵੰਤ ਮਾਨ ਹੋਰ ਉਹਦੀ ਲੈ ਲਈਏ। ਭਗਵੰਤ ਮਾਨ ਨੇ ਪੰਜਾਬੀ ਯੂਨੀਵਰਸਿਟੀ ਆਉਣਾ,
ਉੱਥੇ ਯੂਥ ਫੈਸਟੀਵਲ ਜਿਹੜਾ ਹੋਣਾ ਨਾਰਦਰਨ ਜੋਨ ਦਾ, ਉਹਦੇ ਵਿੱਚ ਉਹਨਾਂ ਨੇ ਹਿੱਸਾ ਲੈਣਾ। ਦੇਖੋ ਇਹ ਜਿਵੇਂ ਪਰਸ ਜਦੋਂ ਐਟ ਹੋਮ ਦੇ ਵਿੱਚ ਮੈਂ ਦੇਖਿਆ ਸੀ ਕਿ ਭਗਵੰਤ ਮਾਨ ਚੱਲ ਦੇ ਪ੍ਰੋਗਰਾਮ ਜਿਹੜੇ ਕਿ ਪੰਜਾਬੀ ਯੂਨੀਵਰਸਿਟੀ ਲਈ ਉੱਥੇ ਕਲਾਸੀਕਲ ਦੇ ਬੰਦੇ ਲੱਗੇ ਹੋਏ ਸੀ, ਜਿਵੇਂ ਜਾ ਕੇ ਸਟੇਜ ਤੇ ਚੜ੍ਹ ਗਏ ਤੇ ਉਹਨਾਂ ਨੂੰ ਹੱਥ ਮਾਰ ਕੇ ਰੋਕਤਾ ਤੇ ਆਪ ਛੱਲਾ ਗਾਉਣ ਲੱਗ ਗਏ ਸੀ। ਬਿਲਕੁਲ ਜਿਹੜਾ ਹੈ ਨੱਚਣ ਵਾਲੇ ਦੀ ਅੱਡੀ ਨਾ ਰਹਿੰਦੀ, ਮੌਨ ਜਿਹੜਾ ਗਾਉਣ ਵਾਲੇ ਦਾ ਮੂੰਹ ਬਿਲਕੁਲ ਉਸ ਤਰੀਕੇ ਨੇ ਚੰਗਾ ਲੱਗਦਾ ਹੈ। ਕਲਾਕਾਰ ਰਹੇ ਨੇ ਨਾ, ਪੋਲਿਟਿਕਸ ਤਾਂ ਹੁਣ ਆਏ ਨੇ, ਕਲਾਕਾਰ ਸਾਰੀ ਉਮਰ ਰਹੇ ਨੇ, ਤੋ ਇਸ ਕਰਕੇ ਇਹੋ ਜਿਹੇ ਮੌਕੇ ਬਿਲਕੁਲ ਨਹੀਂ ਛੱਡਦੇ ਭਗਵੰਤ ਮਾਨ, ਜਿਹੜੀ ਸਟੇਜ ਤੋਂ ਆਪ ਉਹ ਜਿਹੜੇ ਹੈ ਬਣੇ ਹੋਣ, ਉੱਥੇ ਪੰਜਾਬੀ ਯੂਨੀਵਰਸਿਟੀ ਤੋਂ ਬਣੇ ਨੇ, ਪੰਜਾਬੀ ਯੂਨੀਵਰਸਿਟੀ ਆਉਣਗੇ। ਸਾਡਾ ਤਾਂ ਬਸ ਇੱਕੋ ਹੀ ਕੰਸਰਨ ਹੈ ਕਿ ਯੂਨੀਵਰਸਿਟੀ ਆਓ, ਯੂਨੀਵਰਸਿਟੀ ਚ ਮੇਲੇ ਜੇ ਲੱਗਦੇ ਰਹਿਣੇ ਨੇ ਤਾਂ ਯੂਨੀਵਰਸਿਟੀ ਦੀ ਬਾਂਹ ਫੜਨੀ ਬੜੀ ਜ਼ਰੂਰੀ ਹੈ। ਪਹਿਲਾਂ ਵੀ ਕਈ ਵਾਰੀ ਤਾੜੀਆਂ ਮਰਵਾ ਗਏ ਤੇ ਅੱਜ ਜੋ ਤੁਸੀਂ ਆ ਰਹੇ ਹੋ ਤਾਂ ਘੱਟੋ ਘੱਟ ਯੂਨੀਵਰਸਿਟੀ ਨੂੰ ਕਰਜ਼ੇ ਚ ਕੱਢੋ। ਹਲੇ ਵੀ ਉਹੀ 150 ਜਿਹੜਾ ਕਹਿੰਦੇ ਸੀ ਕਰਜ਼ਾ ਅਸੀਂ ਮੁਕਤ ਕਰਾਂਗੇ ਉਵੇਂ ਪਿਆ, ਤੇ ਜਿਹੜਾ ਤੁਸੀਂ ਕਹਿੰਦੇ ਸੀ ਅਸੀਂ ਗ੍ਰਾਂਟ ਵਧਾਤੀ ਉਹ ਦਿਆ ਤਾਂ ਕਰੋ ਨਾ ਗ੍ਰਾਂਟ, ਜੇ ਤੁਸੀਂ ਦਿੰਨੇ ਹੋ ਤਾਂ ਬਾਈ ਚਾਂਸਲਰ ਕਰੋ, ਕਹੋ ਕਿ ਉਹ ਤਨਖਾਹ ਤੇ ਪੈਨਸ਼ਨਾਂ ਦੇਵੇ, ਤੇ 3-3 ਮਹੀਨੇ ਹੋ ਗਏ ਪੈਨਸ਼ਨਾਂ ਨਹੀਂ ਮਿਲੀਆਂ ਤੇ ਤਨਖਾਹ ਨਹੀਂ ਮਿਲੀਆਂ। ਇਹ ਕੰਮ ਜ਼ਰੂਰ ਕਰਨਾ, ਅੱਜ ਦੇਖਦੇ ਹਾਂ ਮਾਨ ਸਾਹਿਬ ਆ ਕੇ ਕਰਦੇ ਨੇ ਕਿ ਨਹੀਂ। ਅੱਗੇ ਵਧੀਏ, ਅਗਲੀ ਖਬਰ ਜਿਹੜੀ ਹੈ ਉਹ ਹੈ ਬਜਟ ਨਾਲ ਸੰਬੰਧਿਤ। ਅੱਜ ਤੋਂ ਬਜਟ ਸੈਸ਼ਨ ਸ਼ੁਰੂ ਹੋਇਆ ਦੇਸ਼ ਦਾ, ਅੱਜ ਦੇਸ਼ ਦਾ ਬਜਟ ਸੈਸ਼ਨ ਸ਼ੁਰੂ ਹੋ ਰਿਹਾ ਹੈ। ਇਉਂ ਕਹੀਏ ਕਿ ਲੋਕ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਇਹ ਆਖਰੀ ਸੈਸ਼ਨ ਹੋਏਗਾ, ਇਸੇ ਕਰਕੇ ਅੱਜ ਜਿਹੜੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਇਹ ਅੰਤਰਮ ਬਜਟ ਪੇਸ਼ ਕਰਨਗੇ, ਪੂਰਾ ਬਜਟ ਨਹੀਂ। ਪੂਰਾ ਬਜਟ ਜਿਹੜਾ ਪੇਸ਼ ਹੋਣਾ ਹੈ ਜਿਹੜੀ ਵੀ ਨਵੀਂ ਸਰਕਾਰ ਬਣੀ ਉਹ ਕਰੂਗੀ, ਤੇ ਲੇਕਿਨ ਇਹ ਸਰਕਾਰ ਜਿਹੜੀ ਹੈ ਇਸਨੇ ਆਪਣਾ ਅੰਤਰਮ ਤੇ ਅੰਤਮ ਬਜਟ ਇਸ ਸੈਸ਼ਨ ਦੇ ਵਿੱਚ ਪੇਸ਼ ਕਰਨਾ ਹੈ। 9 ਫਰਵਰੀ ਤੱਕ ਇਹ ਚੱਲਣਾ ਸੈਸ਼ਨ, ਮਤਲਬ ਕਿ 17ਵੀਂ ਲੋਕ ਸਭਾ ਦਾ ਇਹ ਸੰਖੇਪ ਜਿਹਾ ਸੈਸ਼ਨ ਆਖਰੀ ਸੈਸ਼ਨ ਹੈ। ਇਸ ਦੇ ਵਿੱਚ ਇੱਕ ਗੱਲ ਹੋਰ ਵੀ ਹੈ, ਬਹੁਤ ਸਾਰੇ ਮੈਂਬਰ ਉਦੋਂ ਮਤਲ ਕਰਦੇ ਸੀ ਤੇ ਹੁਣ ਸਾਰੇ ਵਿਰੋਧੀ ਮੈਂਬਰਾਂ ਨੂੰ ਕਹਿਤਾ ਕਿ ਤੁਸੀਂ ਇਹਦੇ ਵਿੱਚ ਸ਼ਾਮਿਲ ਹੋ ਜਾਓ, ਕਿਉਂਕਿ ਜਿਹੜੇ ਬਿੱਲ ਬੁੱਲ ਪਾਸ ਕਰਨੇ ਸੀ ਬਿਨਾਂ ਰੌਲਾ ਰੱਪਾ ਤੋਂ ਕਰ ਦਿੱਤੇ ਗਏ ਨੇ, ਤੇ ਤਾਂ ਹੁਣ ਤਾਂ ਬਜਟ ਹੀ ਹੈ ਨਾ। ਇਸ ਕਰਕੇ ਸਭ ਨੂੰ ਸੱਦਾ ਦਿੱਤਾ ਰਾਸ਼ਟਰਪਤੀ ਦ੍ਰੌਪਦੀ ਮੁਰਮੂ, ਜਿਹੜੇ ਸਾਂਝੇ ਦੋਨੇ ਲੋਕ ਸਭਾ ਤੇ ਰਾਜ ਸਭਾ ਦੀ ਬੈਠਕ ਨੂੰ ਉਹਨਾਂ ਨੇ ਐਡਰੈਸ ਕਰਨਾ ਹੈ। ਦੇਖਦੇ ਹਾਂ ਕੀ ਮਿਲਦਾ ਇਸ ਅੰਤਰਮ ਬਜਟ ਦੇ ਵਿੱਚ, ਕਿਉਂਕਿ ਇਲੈਕਸ਼ਨ ਤੋਂ ਪਹਿਲਾਂ ਵਾਲਾ ਹੈ ਤੇ ਕੁਛ ਤਾਂ ਜ਼ਰੂਰ ਹੋਏਗਾ ਲੋਕਾਂ ਲਈ। ਤੇ ਅਗਲੀ ਖਬਰ ਦੇ ਵਿੱਚ ਆਪਾਂ ਬਲਕਿ 2 ਖਬਰਾਂ ਆਪਾਂ ਲੈ ਲਈਏ, 2 ਖਬਰਾਂ ਕਾਂਗਰਸ ਨਾਲ ਸੰਬੰਧਿਤ। ਪਹਿਲੀ ਖਬਰ ਲੁਧਿਆਣਾ ਦੇ ਵਿੱਚ ਫੇਰ ਖੁੱਲੀ ਚਰਚਾ ਕੀਤੀ ਜੋ ਦਵਿੰਦਰ ਯਾਦਵ ਕਰ ਰਹੇ ਨੇ ਕਾਂਗਰਸ ਦੇ ਇੰਚਾਰਜ ਥਾਂ ਥਾਂ ਜਾ ਕੇ, ਲੇਕਿਨ ਜਿੱਥੇ ਜਿੱਥੇ ਜਾਂਦੇ ਨੇ ਉੱਥੇ ਉੱਥੇ ਹੰਗਾਮਾ ਹੋ ਰਿਹਾ ਹੈ, ਉੱਥੇ ਉੱਥੇ ਰੌਲਾ ਪੈ ਰਿਹਾ ਹੈ। ਆਪਾਂ ਦੇਖਿਆ ਸੀ 29 ਜਨਵਰੀ ਨੂੰ ਜਦੋਂ ਅੰਮ੍ਰਿਤਸਰ ਸਾਹਿਬ ਵਿੱਚ ਓਪੀ ਸੋਨੀ ਤੇ ਗੁਰਜੀਤ ਔਜਲਾ ਦੇ ਸਪੋਰਟਰ ਆਹਮੋ ਸਾਹਮਣੇ ਹੋਏ ਸੀ। ਮੈਨੂੰ ਵੈਸੇ ਇੱਕ ਗੱਲ ਸਮਝ ਨਹੀਂ ਆਈ ਕਿ ਦਵਿੰਦਰ ਯਾਦਵ ਕਾਂਗਰਸ ਦੇ ਲੀਡਰ ਨੇ, ਕਾਂਗਰਸ ਨੇ ਇੱਥੇ ਲੜਾਉਣ ਭੇਜੇ ਨੇ ਤੇ ਜਾਂ ਇਹਨਾਂ ਨੂੰ ਏਕਤਾ ਕਰਨ ਭੇਜਿਆ,
ਨਵਜੋਤ ਸਿੰਘ ਸਿੱਧੂ ਤਾਂ ਆਪਦਾ ਲੱਗਿਆ ਹੋਇਆ, ਏਕੀ ਦੀ ਤਾਂ ਗੱਲ ਕੋਈ ਨਹੀਂ ਹੋ ਰਹੀ, ਬਲਕਿ ਮੈਨੂੰ ਉੱਥੇ ਦੇ ਇੱਕ ਕਾਂਗਰਸੀ ਵਰਕਰ ਦੱਸਦਾ ਸੀ, ਉੱਥੇ ਕਹਿੰਦੇ ਦੇਖੋ ਰਾਮ ਮੰਦਿਰ ਬਣ ਗਿਆ, ਹਿੰਦੂ ਵੋਟ ਨੂੰ ਕੰਸੋਲੀਡੇਟ ਕਰ ਰਹੀ ਹੈ ਭਾਰਤੀ ਜਨਤਾ ਪਾਰਟੀ। ਮਤਲਬ ਜਿਹੜੀ ਗੱਲ ਭਾਰਤੀ ਜਨਤਾ ਪਾਰਟੀ ਕਹਿ ਰਹੀ ਹੈ ਉਹੀ ਇੰਚਾਰਜ ਕਰੇ ਕਾਂਗਰਸ ਦਾ, ਬੜਾ ਅਜੀਬ ਜਿਹਾ ਲੱਗਦਾ। ਤੇ ਇਸੇ ਕਰਕੇ ਫਿਰ ਉੱਥੇ ਉੱਠ ਖੜੇ ਓਪੀ ਸੋਨੀ ਦੇ ਜਿਹੜੇ ਸਪੋਰਟਰ, ਉਹ ਕਹਿੰਦੇ ਠੀਕ ਹੈ ਬਿਲਕੁਲ ਆਪਾਂ ਨੂੰ ਅੰਮ੍ਰਿਤਸਰ ਤੋਂ ਕਿਸੇ ਹਿੰਦੂ ਨੂੰ ਖੜਾ ਕਰਨਾ ਚਾਹੀਦਾ। ਤੇ ਫਿਰ ਗੁਰਜੀਤ ਔਜਲਾ ਦੇ ਉੱਠ ਖੜੇ, ਕਹਿੰਦੇ ਪਹਿਲਾਂ ਜਿੱਤਿਆ, ਦੂਜੀ ਵਾਰ ਦੋ ਵਾਰੀ ਰਹਿ ਚੁੱਕੇ, ਚੰਗੇ ਕੰਮ ਕੀਤੇ ਨੇ। ਵੈਸੇ ਤਾਂ ਬੜੇ ਬੰਦੇ ਰਹੇ ਨੇ, ਨਵਜੋਤ ਸਿੰਘ ਸਿੱਧੂ ਨੇ 3 ਵਾਰ ਰਿਹਾ, ਕੈਪਟਨ ਅਮਰਿੰਦਰ ਨੇ ਅਰੁਣ ਜੇਤਲੀ ਨੂੰ ਹਰਾਇਆ ਸੀ। ਤੋ ਉੱਥੇ ਸਿੱਖ ਹਿੰਦੂ ਦਾ ਕੋਈ ਸਵਾਲ ਨਹੀਂ ਹੈ। ਪਹਿਲਾਂ ਕਿਰਪਾਲ ਸਿੰਘ ਵੀ ਜਿਹੜੇ ਨੇ ਲੜਦੇ ਜਿੱਤੇ ਰਹੇ ਨੇ ਉੱਥੋਂ। ਸੋ ਇਸ ਕਰਕੇ ਇਹ ਦਵਿੰਦਰ ਯਾਦਵ ਦੀ ਗੱਲ ਤਾਂ ਨਹੀਂ ਸਮਝ ਆਈ, ਪਰ ਜਿੱਥੇ ਜਿੱਥੇ ਜਾਂਦੇ ਉੱਥੇ ਲੜਾਈ ਹੋ ਰਹੀ ਹੈ ਅੱਜ ਕੱਲ੍ਹ। ਤੁਸੀਂ ਦੇਖ ਲਓ ਲੁਧਿਆਣੇ ਦੇ ਵਿੱਚ ਕੱਲ ਸੰਦੀਪ ਹੂਜਾ ਵਾਈਸ ਪ੍ਰੈਜੀਡੈਂਟ ਹੈ, ਉਸਦੇ ਉਹਨੇ ਰੌਲਾ ਪਾ ਲਿਆ, ਕਹਿੰਦੇ ਸਾਡੀ ਤੁਸੀਂ ਗੱਲ ਹੀ ਨਹੀਂ ਸੁਣਦੇ, ਉਹਨੂੰ ਬੋਲਣ ਨਹੀਂ ਦਿੱਤਾ। ਇਸੇ ਤਰੀਕੇ ਨਾਲ ਜਿਹੜਾ ਹੈ ਜਲੰਧਰ ਦੇ ਵਿੱਚ 24 ਜਨਵਰੀ ਨੂੰ ਸੀ, ਉੱਥੇ ਵੀ ਵਰਕਰ ਕਹਿੰਦੇ ਜਦੋਂ ਚੋਣ ਹੁੰਦੀ ਹੈ ਉਦੋਂ ਸਾਡੇ ਕੋਲ ਆ ਜਾਂਦੇ ਆ, ਊਂ ਸਾਨੂੰ ਪੁੱਛਦੇ ਨਹੀਂ ਤੁਸੀਂ। ਉੱਥੇ ਵੀ ਰੌਲਾ ਪਿਆ, ਬਲਾਚੌਰ ਚ ਵੀ ਰੌਲਾ ਪਿਆ ਸੀ, 25 ਜਨਵਰੀ ਨੂੰ ਉੱਥੇ ਹੋਇਆ ਸੀ ਇਹਨਾਂ ਦਾ ਇਹ ਚਰਚਾ, ਖੁੱਲੀ ਚਰਚਾ, ਉਹਦੇ ਚ ਅਨੰਦਪੁਰ ਸਾਹਿਬ ਦੀ ਸੀਟ ਪਰ ਰੌਲਾ ਪਿਆ ਸੀ। ਕੱਲ ਤਾਂ ਹੋਰ ਵੀ ਰੌਲਾ ਪਿਆ, ਕੱਲਾ ਹੀ ਨਹੀਂ ਪਿਆ, ਕੱਲ ਤਾਂ ਬਿੱਟੂ ਨੇ ਵੀ ਰੌਲਾ ਪਾ ਲਿਆ ਕਿ ਨਵਜੋਤ ਸਿੰਘ ਸਿੱਧੂ ਕੋਲ ਕੀ ਹੈ ਜੀ, ਉਹਦੀਆਂ ਤਸਵੀਰਾਂ ਕਿਉਂ? ਜਾਣੀ ਕਿ ਦਵਿੰਦਰ ਯਾਦਵ ਦੀ ਕੋਈ ਪਕੜ ਨਹੀਂ, ਇਹ ਗੱਲ ਮੈਂ ਕਹਿ ਸਕਦਾ ਹਾਲ ਦੀ ਕੜੀ, ਜਿੱਥੇ ਜਿੱਥੇ ਦਵਿੰਦਰ ਯਾਦਵ। ਬਾਕੀ ਗੱਲਾਂ ਜੋ ਮਰਜ਼ੀ ਕਹੋ ਜੀ, ਸਾਡੇ ਅੰਦਰੂਨੀ ਲੋਕਤੰਤਰ ਹੈ ਜੀ, ਇਹ ਬਾਕੀ ਗੱਲਾਂ ਤਾਂ ਕੈਮੋਫਲਾਈਜ਼ ਕਰਨ ਲਈ ਹੁੰਦੀਆਂ ਨੇ। ਅਦਰਵਾਈਜ਼ ਸੱਚ ਤਾਂ ਇਹੀ ਹੈ ਕਿ ਦਵਿੰਦਰ ਯਾਦਵ ਜਿਹੜੇ ਕੰਮ ਲਈ ਆਏ ਨੇ ਉਹ ਕਰਨ 'ਚ ਹਾਲੇ ਤੱਕ ਤਾਂ ਨਹੀਂ ਸਫਲ ਹੋਏ। ਤੇ ਕਾਂਗਰਸ ਦੀ ਦੂਜੀ ਖਬਰ ਉਹ ਇਹ ਹੈ ਕਿ ਯੂਥ ਕਾਂਗਰਸ ਨੇ ਕੰਮ ਸ਼ੁਰੂ ਕੀਤਾ, ਕੱਲ੍ਹ ਰੁਜ਼ਗਾਰ ਦਿਓ ਨਿਆਂ ਕਰੋ ਇਹ ਮੁਹਿੰਮ ਸ਼ੁਰੂ ਕੀਤੀ ਹੈ। ਔਰ ਇਹ ਜਿਹੜੀ ਮੁਹਿੰਮ ਹੈ ਇਹ ਇਹਦੇ 'ਚ ਕਿਉਂਕਿ ਯੂਥ ਕਾਂਗਰਸ ਦੀ ਹੈ, ਇਸ ਕਰਕੇ ਜਿਹੜੇ ਯੂਥ ਕਾਂਗਰਸ ਦੇ ਇੰਡੀਆ ਦੇ ਇੰਚਾਰਜ ਨੇ ਕ੍ਰਿਸ਼ਨਾ ਅਲਾਵਰੂ ਉਹ ਆਏ ਹੋਏ ਸੀ, ਪ੍ਰਤਾਪ ਸਿੰਘ ਬਾਜਵਾ ਵੀ ਸੀ, ਤੇ ਪੰਜਾਬ ਵਾਲੇ ਜਿਹੜੇ ਮੋਹਿਤ ਮਹਿੰਦਰਾ ਨੇ ਤਾਂ ਹੁਣੇ ਹੀ ਹੈ ਕਿਉਂਕਿ ਪ੍ਰਧਾਨ ਨੇ ਅਜੇ ਚਿਤਕਾਰਾ ਸੀ। ਇਹਨਾਂ ਸਾਰਿਆਂ ਨੇ ਇਹ ਕਹਿੰਦੇ ਨੇ ਕਿ ਜੀ ਦੇਖੋ ਰੁਜ਼ਗਾਰ ਨੌਜਵਾਨਾਂ ਨੂੰ ਮਿਲ ਹੀ ਰਿਹਾ, ਅਸੀਂ 13 ਦੇ 13 ਹਲਕਿਆਂ 'ਚ ਜਾਵਾਂਗੇ ਲੋਕ ਸਭਾ ਦੇ 'ਚ। ਮੋਦੀ ਸਾਹਿਬ 2 ਕਰੋੜ ਨੌਕਰੀਆਂ ਸਾਲ ਦੀਆਂ ਕਹਿੰਦੇ ਸੀ, ਇਹਦਾ ਮਤਲਬ 16 ਕਰੋੜ ਤਾਂ ਉਹਨਾਂ ਦੀਆਂ ਨੌਕਰੀਆਂ ਪੈਂਡਿੰਗ ਪਈਆਂ ਨੇ, ਤੇ ਵੈਸੇ ਵੀ 22 ਕਰੋੜ ਨੇ ਅਪਲਾਈ ਕੀਤਾ ਹੋਇਆ, ਦਿਓ ਨੌਕਰੀਆਂ। ਵੈਸੇ ਕੇਂਦਰ ਦੇ ਵਿੱਚ 60 ਲੱਖ ਨੌਕਰੀਆਂ ਖਾਲੀ ਪਈਆਂ ਨੇ, ਕਿਉਂ ਨਹੀਂ ਭਰਦੀ ਸਰਕਾਰ? ਸਵਾਲ ਤਾਂ ਕਈ ਉਠਾਏ, ਸਵਾਲ ਤਾਂ ਬਿਹਾਰ ਦੇ ਵਿੱਚ ਜਦੋਂ ਕੱਲ ਰਾਹੁਲ ਗਾਂਧੀ ਬੋਲ ਰਹੇ ਸੀ, ਸੱਚਮੁੱਚ ਹੀ ਰਾਹੁਲ ਗਾਂਧੀ ਦਾ ਚਿਹਰਾ ਬਿਲਕੁਲ ਬਦਲਿਆ ਹੋਇਆ ਹੈ, ਔਰਾ ਬਦਲਿਆ ਹੋਇਆ ਹੈ, ਜਿਹੜੀ ਗੱਲਬਾਤ ਕਰਨ ਦਾ ਢੰਗ ਵੀ ਬਦਲਿਆ ਹੋਇਆ, ਉਹਦੇ 'ਚ ਇੱਕ ਖਾਸ ਕਿਸਮ ਦਾ ਵਿਸ਼ਵਾਸ ਨਜ਼ਰ ਆਉਂਦਾ ਹੈ। ਕੱਲ੍ਹ ਦੀ ਰੈਲੀ ਦਾ ਮੈਂ ਭਾਸ਼ਣ ਸੁਣਿਆ, ਜਿਸ ਤਰੀਕੇ ਨਾਲ 5 ਸਮਾਜਿਕ ਨਿਆਂ ਦੀ ਗੱਲ ਕੀਤੀ ਹੈ, ਇਕੱਠ ਦੇਖ ਕੇ ਬੰਦੇ ਨੂੰ ਹੌਸਲਾ ਹੋ ਜਾਂਦਾ, ਇੰਨਾ ਇਕੱਠ ਸੀ ਕੱਲ੍ਹ। ਇਹ ਦੇਖ ਕੇ ਹੀ ਜਿਸ ਤਰੀਕੇ ਨਾਲ ਉਹਨਾਂ ਨੇ ਮਜ਼ਾਕ ਉਡਾਇਆ, ਜਿਹੜਾ ਨਤੀਸ਼ ਕੁਮਾਰ ਦਾ ਚੁਟਕਲਾ ਸੁਣਾ ਕੇ
ਕਿ ਉਹ ਤਾਂ ਸ਼ਾਲ ਭੁੱਲ ਗਏ ਤੇ ਗਵਰਨਰ ਕੋਲ ਸ਼ਾਲ ਲੈਣ ਗਏ ਸਹੁੰ ਚੁੱਕ ਸਮਾਗਮ ਤੋਂ ਬਾਅਦ। ਗਵਰਨਰ ਕਹਿੰਦੇ ਇੰਨੀ ਜਲਦੀ ਆ ਗਏ ਹੁਣ? ਜਾਣੀ ਇੰਨੀ ਇਸ ਤਰ੍ਹਾਂ ਦੇ ਚੁਟਕਲੇ ਪਲਟੀ ਮਾਰੇ ਤੇ ਕੋਈ ਉਹਨਾਂ ਤੇ ਅਸਰ ਨਹੀਂ ਸੀ, ਤੇ ਖਾਸ ਤੌਰ ਤੇ ਉਹਨਾਂ ਨੇ ਇਹ ਕਹਿਣ ਦੀ ਕੋਸ਼ਿਸ਼ ਕੀਤੀ ਕਿ ਉਹ ਪ੍ਰੈਸ਼ਰ ਨਹੀਂ ਝੱਲ ਸਕਿਆ ਕਿਉਂਕਿ ਅਸੀਂ ਪ੍ਰੈਸ਼ਰ ਪਾਇਆ ਸੀ ਕਿ ਜਨਗਣਨਾ ਕਰੋ, ਉਹਦੇ ਬਿਨਾਂ ਗੱਲ ਨਹੀਂ ਬਣਦੀ, ਘੱਟ ਗਿਣਤੀਆਂ ਉਹ ਵੀ ਸੀ ਤੇ ਬੈਕਵਰਡ ਸਟੂਲ ਟ੍ਰਾਈਬਸ, ਇਹਨਾਂ ਨੂੰ ਪਹਿਲਾਂ ਅਸਲ ਦੇ ਵਿੱਚ ਐਡਰੈਸ ਕਰਦੇ ਨਜ਼ਰ ਆਏ, ਤੇ ਨਾਲ ਜਿਸ ਤਰੀਕੇ ਨਾਲ ਕਿਸਾਨਾਂ ਨੂੰ ਸਮਝਾਇਆ ਕਿ ਸਾਡੀ ਲੁੱਟ ਇਹ ਕਿਵੇਂ ਕੀਤੀ ਜਾ ਰਹੀ ਹੈ, ਸਾਡੇ ਨਾਲ ਕਿਸਾਨਾਂ ਨਾਲ ਨਿਆਂ ਕਿਉਂ ਨਹੀਂ ਹੋ ਰਿਹਾ। ਮੇਰਾ ਮਤਲਬ ਹੈ ਕਾਂਗਰਸ ਭਾਵੇਂ ਕਿ ਉਹਨੂੰ ਜਿਹੜਾ ਟੀਰਾ ਮੀਡੀਆ ਨਹੀਂ ਦਿਖਾ ਰਿਹਾ, ਲੇਕਿਨ ਅੰਦਰੋਂ ਅੰਦਰੀ ਕਾਫੀ ਗਲਤ ਸਪੋਰਟ ਬਿਹਾਰ ਦੇ ਵਿੱਚ ਨਜ਼ਰ ਆਈ। ਚਲੋ ਕਾਂਗਰਸ ਦੀਆਂ ਖਬਰਾਂ ਤੋਂ ਬਾਅਦ ਆਪਾਂ ਅੱਗੇ ਵਧੀਏ। ਜਿਹੜੀ ਗੱਲ ਮੈਂ ਕਹੀ ਸੀ ਕਿ ਸਾਨੂੰ ਤਸੱਲੀ ਹੋਣੀ ਚਾਹੀਦੀ ਹੈ, ਕਿਸ ਗੱਲ ਦੀ ਤਸੱਲੀ? ਕਿ ਅਸੀਂ ਭ੍ਰਿਸ਼ਟ ਮੁਲਕਾਂ ਦੀ ਸੂਚੀ ਵਿੱਚ ਅੱਗੇ ਵੱਧ ਰਹੇ ਹਾਂ, ਜਾਣੀ ਆਏ ਸਾਲ ਅਸੀਂ ਵੱਧ ਤੋਂ ਵੱਧ ਭ੍ਰਿਸ਼ਟ ਹੋ ਰਹੇ ਹਾਂ। ਮੈਂ ਵੈਸੇ ਵਿਅੰਗ ਨਾਲ ਕਹਿ ਰਿਹਾ, ਕਿਤੇ ਕੋਈ ਦਰਸ਼ਕ ਇਹ ਨਾ ਸਮਝ ਲਏ ਕਿ ਸੱਚਮੁੱਚ ਮੈਨੂੰ ਖੁਸ਼ੀ ਹੈ, ਲੇਕਿਨ ਖੁਸ਼ੀ ਤਾਂ ਇਸ ਗੱਲ ਦੀ ਭਾਈ ਹਰ ਰੋਜ਼ ਕਿਤੇ ਤਾਂ ਅੱਗੇ ਨਿਕਲ ਰਹੇ ਹਾਂ। ਪਿਛਲੇ ਸਾਲ ਸਾਡਾ ਭਾਰਤ ਦਾ ਜਿਹੜਾ ਸਥਾਨ ਸੀ ਉਹ 85ਵਾਂ ਸੀ 180ਆਂ ਚੋਂ, ਜਿਹਨੀ ਜਿੰਨੇ ਦੁਨੀਆ ਦੇ ਕਰਪਟ ਮੁਲਕ ਨੇ ਅਸੀਂ 85ਵੇਂ ਸਥਾਨ ਤੇ ਸੀ, ਤੇ ਇਸ ਵਾਰ ਅਸੀਂ 93 ਨੰਬਰ ਤੇ ਚਲੇ ਗਏ, ਜਿਹਨੀ ਅਸੀਂ ਹੋਰ ਕਰਪਟ ਹੋ ਗਏ, ਹੋਰ ਭ੍ਰਿਸ਼ਟਾਚਾਰ ਸਾਡੇ ਵੱਧ ਗਿਆ। ਲੇਕਿਨ ਜੇ ਤੁਹਾਡੇ ਮਨ 'ਚ ਹੋਵੇ, ਕੋਈ ਇਮਾਨਦਾਰ ਵੀ ਹੈ, ਕੋਈ ਇੱਕ ਨੰਬਰ ਤੇ ਵੀ ਹੈ, ਬਿਲਕੁਲ ਹੈ ਇੱਕ ਨੰਬਰ ਤੇ, ਡੈਨਮਾਰਕ ਇੱਕ ਨੰਬਰ ਤੇ ਹੈ, ਉਹਦਾ ਨੰਬਰ ਪਹਿਲਾ, ਉੱਥੇ ਪੂਰੀ ਇਮਾਨਦਾਰੀ ਹੈ। ਇਸ ਜਿਹੜੀ ਟਰਾਂਸਪਰੇਸੀ ਇੰਟਰਨੈਸ਼ਨਲ ਦੀ ਜਿਹੜੀ ਰਿਪੋਰਟ ਹੈ ਉਹਦੇ ਮੁਤਾਬਿਕ, ਤੇ ਫਿਰ ਸਭ ਤੋਂ ਜ਼ਿਆਦਾ ਕਰਪਟ ਕਿਹੜਾ? ਸਭ ਤੋਂ ਵੱਧ ਕਰਪਟ ਹੈਗਾ ਸੋਮਾਲੀਆ, ਉਹ 180ਵੇਂ ਨੰਬਰ ਤੇ ਹੈ। ਤੇ ਚੀਨ ਦਾ ਨੰਬਰ ਕਿਹੜਾ ਹੈ? ਚੀਨ ਦਾ ਨੰਬਰ ਹੈ 76ਵਾਂ। ਮਤਲਬ ਕਿ ਜਿਵੇਂ ਅਸੀਂ 93 ਤੇ ਹੈ, ਉਹ ਸਾਥੋਂ ਘੱਟ ਕਰਪਟ ਹੈ। ਲੇਕਿਨ ਤਸੱਲੀ ਜਿਹੜੀ ਗੱਲ ਮੈਂ ਕਹਿ ਰਿਹਾ ਸੀ ਸਾਨੂੰ ਇਹ ਹੈ ਕਿ ਸਾਥੋਂ ਵੀ ਜ਼ਿਆਦਾ ਕਰਪਟ ਇੱਕ ਮੁਲਕ ਹੈ, ਉਹ ਹੈ ਪਾਕਿਸਤਾਨ, ਉਹ ਹੈ 133ਵੇਂ ਨੰਬਰ। ਸੱਚਮੁੱਚ ਬਹੁਤ ਕਰਪਟ। ਮੈਂ ਜਦੋਂ ਲਾਹੌਰ ਦੇ ਕਿਲ੍ਹੇ ਦੇ ਵਿੱਚ ਵੀਡੀਓਗ੍ਰਾਫੀ ਕਰਨੀ ਸੀ ਤੇ ਉਹ ਕਹਿੰਦੇ ਜੀ ਇੱਥੇ ਅਲਾਊਡ ਨਹੀਂ, ਪਾਕਿਸਤਾਨੀ ਕਰੰਸੀ ਤੇ 50 ਰੁਪਏ ਚ ਆਪ ਲੈ ਕੇ ਜਾ ਰਿਹਾ ਸੀ, ਕਹਿੰਦੇ ਜਾ ਇੱਥੇ ਵੀ ਕਰ ਲਓ ਆਹ ਵੀ ਕਰ ਲਓ। ਯਾਨੀ ਇਸ ਤਰ੍ਹਾਂ ਦਾ ਹਾਲ ਮੈਂ ਉੱਥੇ ਦੇਖਿਆ। ਖੈਰ ਹੁਣ ਆਪਾਂ ਅੱਗੇ ਵਧੀਏ। ਅਗਲੀ ਖਬਰ ਜਿਹੜਾ ਹੈ ਸਤਨਾਮ ਸਿੰਘ ਸੰਧੂ ਨਾਲ ਸੰਬੰਧਿਤ ਹੈ। ਇਹ ਸਤਨਾਮ ਸਿੰਘ ਸੰਧੂ ਚੰਡੀਗੜ੍ਹ ਯੂਨੀਵਰਸਿਟੀ ਉਹਦੇ ਇਹ ਚਾਂਸਲਰ ਨੇ, ਮਾਲਕ ਕਹਿ ਲਓ, ਚਾਂਸਲਰ ਹੁੰਦੇ ਨੇ ਮਾਲਕ, ਤੋਂ ਉਹ ਉਹਨੂੰ ਰਾਜ ਸਭਾ ਲਈ ਨਾਮਜ਼ਦ ਕਰ ਦਿੱਤਾ ਗਿਆ। ਯਾਨੀ ਉਹਨੇ ਅੱਜ ਸੰਧੂ ਸਾਹਿਬ ਨੇ ਸਹੁੰ ਚੁੱਕ ਲੈਣੀ ਹੈ। ਮੋਦੀ ਸਾਹਿਬ ਵੱਲੋਂ ਵਧਾਈ ਵੀ ਦਿੱਤੀ ਗਈ ਹੈ ਜਿਹੜੇ ਸਤਨਾਮ ਸਿੰਘ ਸੰਧੂ, ਤੇ ਮੋਦੀ ਸਾਹਿਬ ਨਾਲ ਤਾਂ ਸੰਧੂ ਦੇ ਉਹ ਜ਼ਿਆਦਾ ਸੰਬੰਧ ਬਣ ਗਏ। ਜਦੋਂ ਇੱਕ ਫੰਕਸ਼ਨ ਆਰਗੇਨਾਈਜ਼ ਕੀਤਾ ਸੀ, ਦੁਨੀਆ ਭਰ ਦੇ ਸਿੱਖ ਜਿਹੜੇ ਉੱਥੇ ਇਕੱਠੇ ਕੀਤੇ ਸੀ, ਸਤਨਾਮ ਸਿੰਘ ਸੰਧੂ ਦੀ ਭੂਮਿਕਾ ਕਾਫੀ ਜ਼ਿਆਦਾ ਸੀ। ਜਾਂ ਇਉਂ ਕਹਿ ਲਈਏ ਕਿ ਉਹਨਾਂ ਸਿੱਖਾਂ, ਕਈ ਤਾਂ ਸਿੱਖ ਨੇੜੇ ਆਏ ਜਿਹੜੇ ਵਿਰੋਧੀ ਸੀ, ਦਰਸ਼ਨ ਸਿੰਘ ਧਾਲੀਵਾਲ ਨੂੰ, ਜਿਹਨਾਂ ਨੂੰ ਏਅਰਪੋਰਟ ਤੋਂ ਮੋੜਤਾ ਸੀ ਸੁਰਜੀਤ ਸਿੰਘ ਰੱਖੜਾ ਦੇ ਵੱਡੇ ਭਰਾ,
ਉਹ ਵੀ ਉੱਥੇ ਸੀ। ਉਸ ਤੋਂ ਬਾਅਦ ਉਹਨਾਂ ਨੂੰ ਇਨਾਮ ਵੀ ਅਵਾਰਡ ਵੀ ਦਿੱਤਾ ਸੀ ਮੋਦੀ ਸਾਹਿਬ ਨੇ। ਸੋ ਸਤਨਾਮ ਸਿੰਘ ਸੰਧੂ ਜਿਹੜਾ ਹੈ ਪੈਸੇ ਲੋਕਾਂ ਨੂੰ ਆਮ ਲੋਕਾਂ ਨੂੰ ਜ਼ਰੂਰ ਇਸ ਗੱਲ ਦਾ ਜਿਹੜਾ ਹੈ ਹੋਏਗਾ। ਚਲੋ ਇੱਕ ਮੁੰਡਾ ਕਿਸਾਨ ਦਾ ਪੁੱਤ ਕਿਤੇ ਨਾ ਕਿਤੇ ਤਰੱਕੀ ਕਰਦਾ, ਤਰੱਕੀ ਤਾਂ ਫਿਰ ਉਹ ਵੀ ਕਰ ਲਈ ਸੀ ਸੰਧੂ ਨੇ ਜਦੋਂ ਲਾਂਡਰਾਂ ਦੇ ਜੋ ਚੰਡੀਗੜ੍ਹ ਗਰੁੱਪ ਆਫ ਕਾਲਜ ਜਾਂ ਮੋਹਾਲੀ ਦੇ ਵਿੱਚ ਕਹਿ ਲਓ ਉੱਥੇ ਉਹ ਸ਼ੁਰੂ ਕਰ ਲਿਆ ਸੀ, ਫਿਰ 12 ਚ ਯੂਨੀਵਰਸਿਟੀ ਬਣਾ ਲਈ ਤੇ ਫਿਰ ਤਾਂ ਫਿਰ NGO ਵੀ ਦੋ ਬਣਾ ਕੇ ਕੰਮ ਸ਼ੁਰੂ। ਉਹ NGO ਨੇ ਦੁਬਈ ਚ ਵੀ ਇੱਕ ਫੰਕਸ਼ਨ ਕੀਤਾ ਸੀ, ਮੋਦੀ ਸਾਹਿਬ ਬੜੇ ਖੁਸ਼ ਹੋਏ ਸੀ ਫੰਕਸ਼ਨ ਤੇ। ਭਾਰਤੀ ਡਿਵੈਲਪਮੈਂਟ ਫਾਊਂਡੇਸ਼ਨ, ਨਿਊ ਇੰਡੀਆ ਡਿਵੈਲਪਮੈਂਟਲ ਫਾਊਂਡੇਸ਼ਨ, ਕਿਉਂਕਿ ਇਹ ਜੋ ਮੋਦੀ ਸਾਹਿਬ ਚਾਹੁੰਦੇ ਨੇ ਫਿਰਕੂ ਸਦਭਾਵਨਾ ਦੀ ਗੱਲ ਉਹ ਸਤਨਾਮ ਸਿੰਘ ਸੰਧੂ ਕਰ ਰਿਹਾ। ਵੈਸੇ ਵੀ ਇਹ ਉੱਥੋਂ ਦੇ ਨੇ ਜਿੱਥੋਂ ਮੋਦੀ ਸਾਹਿਬ ਨੂੰ ਜਾਣ ਨਹੀਂ ਦਿੱਤਾ ਸੀ, ਫਿਰੋਜ਼ਪੁਰ ਦੇ ਕੋਲ ਹੈ ਰਸੂਲਪੁਰ ਪਿੰਡ, ਤੇ ਫਿਰੋਜ਼ਪੁਰ ਦੇ ਦਰਦ ਚ ਕਹਿੰਦੇ ਸੀ ਭੇਜਿਓ ਦਾ ਵਾਪਸ ਚਲਾ ਗਿਆ। ਖੈਰ ਤੁਸੀਂ ਕਹੋ ਜੀ ਰਾਜ ਸਭਾ ਦੇ ਮੈਂਬਰਾਂ ਨੂੰ ਤਾਂ ਚੁਣਿਆ ਜਾਂਦਾ ਹੈ, ਮੈਂ ਤੁਹਾਨੂੰ ਅੱਗੇ ਵੀ ਇੱਕ ਵਾਰੀ ਦੱਸਿਆ ਸੀ ਕਿ ਰਾਜ ਸਭਾ ਦੇ 12 ਮੈਂਬਰ ਐਸੇ ਹੁੰਦੇ ਨੇ ਜਿਨ੍ਹਾਂ ਨੂੰ ਰਾਸ਼ਟਰਪਤੀ ਜਿਹੜਾ ਹੈ ਉਹ ਨਾਮਜ਼ਦ ਕਰਦਾ ਹੈ। ਹੁਣ ਸਾਡੇ ਕੋਲ ਇੱਕੋ ਸੀਟ ਖਾਲੀ ਹੈ, 11 ਮੈਂਬਰ ਨਾਮਜ਼ਦ ਆਲਰੇਡੀ ਕੀਤੇ ਹੋਏ ਨੇ, ਉਹ ਬਾਕੀ ਤਾਂ ਫਿਰ ਚੁਣਦੇ ਨੇ ਜਿਹੜੇ MLA ਜਾਂ ਸੂਬੇ ਔਰ UT ਜਿਹੜੇ ਚੁਣਦੇ ਨੇ। ਇਹਨਾਂ ਦੇ ਚੁਣਦਾ ਹੈ ਕਲਾ, ਸਾਹਿਤ, ਖੇਡਾਂ, ਵਿਗਿਆਨ, ਮਤਲਬ ਹਰ ਖੇਤਰ ਦੇ ਜਿਹੜੇ ਉੱਘੇ ਸ਼ਖਸੀਅਤ ਹੈ, ਜਿਵੇਂ ਇਹਨਾਂ ਨੂੰ ਜਿਹੜਾ ਸਿੱਖਿਆ ਸ਼ਾਸਤਰੀ ਦੇ ਤੌਰ ਤੇ ਲੈ ਲਿਆ ਗਿਆ। ਪਹਿਲਾਂ ਦੀ ਮੈਂ ਲਿਸਟ ਦੇਖ ਰਿਹਾ ਸੀ ਜਿਹੜੇ ਹੋਰ ਬੰਦੇ ਆਲਰੇਡੀ ਨੇ ਜਿਹੜੇ ਨਾਮਜ਼ਦ ਕੀਤੇ ਨੇ, ਜਿਵੇਂ ਮਹੇਸ਼ ਜੇਠਮਲਾਨੀ ਹੈ, ਸੋਨਲ ਮਾਨ ਸਿੰਘ ਹੈ, ਰਾਮ ਸ਼ਕਲ ਹੈ, ਰਾਕੇਸ਼ ਸਿਨਹਾ, ਰੰਜਨ ਗਗੋਈ, ਹੈਗਡੇ, PT ਊਸ਼ਾ ਜਿਹੜੀ ਅਥਲੀਟ ਹੈ, ਇਲਿਆਸ ਰਾਜਾ, BB ਪ੍ਰਸ਼ਾਦ, ਗੁਲਾਮ ਅਲੀ, ਤੇ ਹੁਣ ਸਤਨਾਮ ਸੰਧੂ ਦਾ ਨਾਮ ਜੁੜ ਗਿਆ। ਤੋ ਇਹਨਾਂ ਚ ਬਾਕੀ ਸਭ ਕੁਛ ਸੇਮ ਹੁੰਦਾ ਹੈ, ਸਾਰੀਆਂ ਸਹੂਲਤਾਂ ਰਾਜ ਸਭਾ ਦੇ ਮੈਂਬਰ ਵਾਲੀਆਂ ਹੁੰਦੀਆਂ ਨੇ, ਉਵੇਂ ਕਾਰਵਾਈ ਚ ਹਿੱਸਾ ਲੈ ਸਕਦੇ ਨੇ। ਪਰ ਇੱਕੋ ਗੱਲ ਹੁੰਦੀ ਹੈ ਕਿ ਜਦੋਂ ਰਾਸ਼ਟਰਪਤੀ ਦੀ ਚੋਣ ਹੁੰਦੀ ਹੈ ਉਹਦੇ ਵਿੱਚ ਵੋਟ ਨਹੀਂ ਹੈ ਪਾ ਸਕਦੇ ਹੁੰਦੇ, ਬਾਕੀ ਸਾਰਾ ਕੁਛ ਠੀਕ ਹੁੰਦਾ ਹੈ, ਉਵੇਂ ਹੁੰਦਾ ਹੈ, ਉਹੀ ਸਹੂਲਤਾਂ ਮਿਲਦੀਆਂ ਨੇ। ਸੋ ਸਤਨਾਮ ਸੰਧੂ ਰਾਜ ਸਭਾ ਦੇ ਮੈਂਬਰ ਨਾਮਜ਼ਦ ਹੋ ਗਏ। ਅਗਲੀ ਖਬਰ ਦੇ ਵਿੱਚ ਜਿਹੜੀ ਆਪਾਂ ਵੈਸੇ ਤਾਂ ਅਗਲੇ ਹਿੱਸੇ 'ਚ ਡਿਟੇਲ 'ਚ ਲਵਾਂਗੇ, ਲੇਕਿਨ ਇਹ ਖਬਰ ਹੈ ਬੜੀ ਦਿਲਚਸਪ। ਜਿਸ ਤੇਜ਼ੀ ਨਾਲ ਤਰੱਕੀ ਹੋ ਰਹੀ ਹੈ, ਜਦੋਂ ਇਹ ਹੋ ਗਈ ਤਾਂ ਬੜਾ ਫਾਇਦੇ ਹੋ ਜਾਣੇ ਨੇ। ਇੱਕ ਬ੍ਰੇਨ ਚਿਪ ਸਟਾਰਟਅਪ ਸ਼ੁਰੂ ਹੋਇਆ, ਇਹ ਜਿਹੜਾ ਦੁਨੀਆ ਦਾ ਅਮੀਰ ਆਦਮੀ ਨਾ ਅਰਬਪਤੀ ਐਲਨ ਮਸਕ, ਉਹਨੇ ਇਹ ਜਿਹੜਾ ਦਿਮਾਗ ਹੁੰਦਾ ਨਾ ਇਨਸਾਨ ਦਾ ਉਹਦੇ 'ਚ ਚਿਪ ਲੱਗ ਜਾਂਦੀ ਹੈ। ਪਹਿਲਾ ਤਜਰਬਾ ਤਾਂ ਸਫਲ ਹੋ ਗਿਆ। ਵੈਸੇ ਚਿਪ ਕੋਈ ਇੱਡੀ ਨਹੀਂ ਕਿ ਦਿਮਾਗ 'ਚ ਹੀ ਹੈ, ਪਹਿਲਾਂ ਵੀ ਲੱਗਦੀ ਹੈ ਚਿਪ। ਮੈਂ ਸ਼ੂਗਰ ਟੈਸਟ ਕਰ ਲਈ, ਚਿਪ ਲਾਈ ਤੇ ਜਿਹੜੀ ਮਤਲਬ ਨਾਲ ਦੀ ਨਾਲ ਮੇਰੇ ਕੰਪਿਊਟਰ ਜਾਂ ਮੇਰੇ ਮੋਬਾਈਲ 'ਤੇ ਉਹ ਦੱਸਦੀ ਰਹਿੰਦੀ ਹੈ, ਜਦੋਂ ਸ਼ੂਗਰ ਘੱਟ ਹੁੰਦੀ ਹੈ ਉਦੋਂ ਉਹ ਬੀਪ ਕਰਨ ਲੱਗ ਜਾਂਦੀ ਹੈ। ਤਾਂ ਚਿਪ ਵਾਲਾ ਕੋਈ ਇਹ ਨਹੀਂ ਕਿ ਕੋਈ ਨਵੀਂ, ਪਰ ਦਿਮਾਗ ਦੇ ਵਿੱਚ ਚਿਪ ਲਾਉਣ ਵਾਲੀ ਗੱਲ ਇਹ ਇੱਕ ਨਵੀਂ ਹੈ। ਜਦੋਂ ਉਹਦੇ 'ਚ ਇੰਪਲਾਂਟ ਕਰ ਦਿੰਦੇ ਨੇ ਤੇ ਉਸ ਤੋਂ ਬਾਅਦ ਕੀ ਹੈ ਕਿ ਇਹ ਫਿਰ ਜੇ ਤੁਸੀਂ ਸੋਚੋਗੇ ਉਹੀ ਥੋੜਾ, ਮੰਨ ਲਓ ਕਿ ਤੁਸੀਂ ਮਨ 'ਚ ਥੋੜੇ ਆ ਗਿਆ ਕਿ ਫਲਾਣੇ ਨੂੰ ਫੋਨ ਕਰਨਾ ਹੈ, ਉਹ ਆਪਣੇ ਆਪ ਕੰਮ ਹੋ ਜਾਊਗਾ। ਇਸ ਤਰ੍ਹਾਂ ਦੀ ਉਹ ਚਿਪ ਜਿਹੜੀ ਹੈ ਉਹ ਸਿਗਨਲ ਭੇਜਦੀ ਹੈ। ਤੋ ਇਹ ਵਾਇਰਲੈਸ ਚਿਪ ਨੂੰ ਨਾ ਟੈਲੀਪੈਥੀ ਦਾ ਨਾਮ ਦਿੱਤਾ ਹੈ, ਹੈ ਟੈਲੀਪੈਥੀ ਹੈ ਜਿਹੜਾ ਦੂਰ ਬਹਿ ਕੇ ਕੰਮ ਕਰਦੀ ਹੈ, ਤੇ ਇਹਦੇ ਨਾਲ ਫਿਰ ਤੁਸੀਂ ਬਹੁਤ ਕੁਛ ਕੰਮ ਹੋ ਸਕਣਗੇ।
ਮਿਰਗੀ ਵਾਲੇ ਜਿਹੜੇ ਉਹਨਾਂ ਨੂੰ ਬੜਾ ਫਾਇਦਾ ਹੋ, ਪਾਰਕਸਨ ਵਾਲਿਆਂ ਨੂੰ ਬੜਾ ਫਾਇਦਾ ਹੋ ਜਿਹਨਾਂ ਦੇ ਹੱਥ 'ਚ ਕੰਮਦੇ ਨੇ, ਉਹ ਇਹਦੇ 'ਚ ਕਈ ਬਿਮਾਰੀਆਂ ਨੂੰ ਫਾਇਦਾ ਹੋ ਸਕਦਾ, ਡਿਪਰੈਸ਼ਨ ਵਾਲਿਆਂ ਨੂੰ, ਐਂਜਾਇਟੀ ਵਾਲਿਆਂ ਨੂੰ, ਤੋ ਦੇਖਦੇ ਹਾਂ ਤੇ ਪਤਾ ਇਹ ਲੱਗਿਆ ਵੀ ਹਾਲੇ ਕਈ ਸਾਲ ਆਮ ਲੋਕਾਂ ਤੱਕ ਪਹੁੰਚਣ ਸਫਲ ਹੋ ਗਏ, ਲੇਕਿਨ ਜਦੋਂ ਇਹ ਮਾਰਕੀਟ 'ਚ ਆਉਣਗੀਆਂ ਉਹਦੇ 'ਚ ਲੱਗਣਗੇ 5-7 ਸਾਲ ਹਾਲੇ। ਖੈਰ ਆਪਾਂ ਅੱਗੇ ਖਬਰ ਜਿਹੜੀਆਂ ਲੈਣੀਆਂ ਨੇ ਉਹਨਾਂ 'ਚ ਰਾਜਸਥਾਨ ਦੀ ਲਵਾਂਗੇ। ਉਹਨਾਂ ਨੇ ਵੀ ਹਿਜਾਬ 'ਤੇ ਪਾਬੰਦੀ ਲਾ ਤੀ, ਜਿੱਥੇ ਵੀ ਇਸ ਤਰ੍ਹਾਂ ਦੀ ਕਹਾਣੀ ਹੁੰਦੀ ਹੈ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੋਵੇ, ਸਕੂਲਾਂ ਦੇ ਵਿੱਚ ਡਰੈਸ ਪਾ ਕੇ ਜਾਣਾ ਜ਼ਰੂਰੀ ਹੈ, ਹਿਜਾਬ ਕਿਵੇਂ ਪਾੜੂ ਕੋਈ। ਤੇ ਭਾਨਾ ਸਿੱਧੂ ਦੇ ਹੱਕ ਦੇ ਵਿੱਚ ਬਣਦੀ ਜਾ ਰਹੀ ਹੈ ਹਵਾ, 4 ਕੇਸ ਕਰਤੇ ਨੇ। ਪਤਾ ਨੀ ਮਾਨ ਸਾਹਿਬ ਇਹ ਕੋਈ ਲੋੜ ਨਹੀਂ ਸੀ, ਇਹ ਵੀ ਵਾਧੂ ਇੱਕ ਮੌਕਾ ਦੇ ਰਹੇ ਨੇ। ਕੱਲ੍ਹ ਸੁਖਪਾਲ ਖਹਿਰਾ ਨੂੰ ਮੌਕਾ ਮਿਲ ਗਿਆ, ਜਿੱਥੇ ਇੰਨਾ ਇਕੱਠ ਸੀ ਤੇ ਉੱਥੇ ਮਤਲਬ ਹੋਰ ਇਕੱਠ ਕਰਨ ਦੀ ਗੱਲ ਹੋ ਗਈ। ਹੁਣ ਤੁਸੀਂ ਦੇਖੋ ਧੂਰੀ ਦੇ ਵਿੱਚ ਸਿਮਰਜੀਤ ਸਿੰਘ ਮਾਨ ਕਹਿੰਦੇ ਅਸੀਂ ਇਕੱਠ ਕਰਾਂਗੇ, ਤੇ ਫਿਰ ਅਸੀਂ 3 ਫਰਵਰੀ ਨੂੰ ਸੰਗਰੂਰ ਦੇ ਵਿੱਚ ਪੱਕਾ ਮੋਰਚਾ ਵੀ ਲਾ ਸਕਦੇ ਨੇ। ਸੰਯੁਕਤ ਕਿਸਾਨ ਕਹਿੰਦੀ ਵੀ ਨਹੀਂ ਤਾਂ ਇਹ ਝੂਠੇ ਕੇਸ ਜਿਹੜੇ ਤੁਸੀਂ ਰੱਦ ਕਰੋ। ਤੋ ਕੱਲ ਮੀਟਿੰਗ ਹੋਈ, ਜਦੋਂ ਇਕੱਠ ਹੋਏ ਨਾ, ਇਕੱਠ ਕਾਫੀ ਸੀ ਉੱਥੇ ਦੇ ਪਿੰਡ, ਤੇ ਉੱਥੇ ਫਿਰ ਐਸ ਐਸ ਪੀ ਬਰਨਾਲਾ ਸੰਦੀਪ ਕੁਮਾਰ ਤੇ ਐਸ ਐਸ ਪੀ ਬਠਿੰਡਾ ਹਰਮਨਵੀਰ ਸਿੰਘ ਇਹਨਾਂ ਨਾਲ ਮੀਟਿੰਗ ਹੋਈ, ਤੇ ਭਾਨਾ ਸਿੱਧੂ ਵੱਲੋਂ ਲੱਖਾ ਸਧਾਣਾ ਰੁਦੋ ਸਿੰਘ ਮਾਨਸਾ, ਇੱਕ ਐਡਵੋਕੇਟ ਆ ਕੁੜੀ ਬਰਨਾਲੇ ਦੀ ਮਨਵੀਰ ਕੌਰ ਰਾਹੀ, ਇਹ ਸਾਰੇ ਪਾਸੇ ਗੱਲਬਾਤ ਕਰ ਰਹੇ ਸੀ। ਤੇ ਲੇਕਿਨ ਜਿਹਨੂੰ ਕਹਿੰਦੇ ਨੇ ਬੇਸਿੱਟਾ ਇਸ ਕਰਕੇ ਰਹੀ, ਤੇ ਪੁਲਿਸ ਵਾਲੇ ਕਹਿੰਦੇ ਵੀ ਜਿਹੜਾ ਤੁਸੀਂ ਕਹਿੰਦੇ ਹੋ ਉਹ ਤਾਂ ਫਿਰ ਅਸੀਂ ਉੱਪਰ ਗੱਲ ਕਰਕੇ ਗੱਲਾਂ ਮੰਗ ਰਹੇ, ਅੱਜ ਫਿਰ ਮੀਟਿੰਗ ਹੋਣੀ ਹੈ। ਤੇ ਪਿੰਡ ਦੂਨਾ ਦੇ ਵਿੱਚ ਇਹ ਰੋਸ ਪ੍ਰਦਰਸ਼ਨ, ਫਰਾਂਸ ਦੀ ਖਬਰ ਬਹੁਤ ਵਧੀਆ ਕਿਉਂਕਿ ਉਹ ਪੰਜਾਬ ਦੇ ਕਿਸਾਨਾਂ ਤੋਂ ਜਿਹੜੇ ਉੱਥੋਂ ਦੇ ਕਿਸਾਨ ਇੰਸਪਾਇਰ ਹੋ ਗਏ ਔਰ ਉਹਨਾਂ ਨੇ ਤਾਂ ਘੇਰ ਲਿਆ ਪੈਰਿਸ ਨੂੰ, ਬਸ ਫਰਕ ਇੱਕੋ ਹੀ ਆ, ਉਹ ਕਹਿੰਦੇ ਭੁੱਖਾ ਮਾਰ ਦਾਂਗੇ ਸੀ ਪੈਰਿਸ ਨੂੰ, ਸਾਡੇ ਤਾਂ ਲੰਗਰ ਲਾਉਂਦੇ ਸੀ ਨਾ। ਇਹ ਤਾਂ ਫਰਕ ਹੁੰਦਾ ਹੀ ਹੈ ਜਦੋਂ ਪੰਜਾਬ ਵਾਲੇ ਕਰਦੇ ਨੇ ਕੁਛ। ਸੋ ਫਿਰ ਮੈਂ ਦੇਖ ਰਿਹਾ ਸੀ, ਤੁਹਾਨੂੰ ਅੱਗੇ ਵੀ ਦੱਸਿਆ ਸੀ ਵੀ ਜਰਮਨੀ ਦੇ ਵਿੱਚ ਵੀ ਕਿਸਾਨ ਉੱਠੇ ਹੋਏ ਨੇ, ਪੋਲੈਂਡ 'ਚ ਵੀ ਉੱਠੇ ਹੋਏ ਨੇ। ਇਹ ਖਬਰ ਲੈਂਦੇ ਹਾਂ ਅਗਲੇ ਹਿੱਸੇ 'ਚ। ਜਿਹੜਾ ਬੰਦਾ ਭੱਜਿਆ ਹੋਇਆ ਸੀ ਕਹਿੰਦੇ ਜੀ ਲਾਪਤਾ ਹੋ ਗਿਆ, ਝਾਰਖੰਡ ਦਾ ਮੁੱਖ ਮੰਤਰੀ ਹਿੰਮਤ ਸਰੇਨ ਅੱਜ ਈਡੀ ਦੇ ਸਾਹਮਣੇ ਪੇਸ਼ ਹੋ, ਜੇ ਫੜਿਆ ਜਾਂਦਾ ਗ੍ਰਿਫਤਾਰੀ ਹੁੰਦੀ ਹੈ ਤੇ ਫਿਰ ਕਹਿੰਦੇ ਨੇ ਜੀ ਕਲਪਨਾ ਸਰੇਨ ਬਣ ਜੂਗਾ ਦੀ ਬੀਵੀ। ਇਸੇ ਕਰਕੇ ਕੁਛ ਜਿਹੜੇ ਮੈਂਬਰ ਉਹਦਾ ਵਿਰੋਧ ਕਰ ਰਹੇ ਨੇ, ਤੇ ਇੱਕ ਬੜਾ ਅਮੀਰ MLA ਕੁਲਵੰਤ ਸਿੰਘ ਮੋਹਾਲੀ ਦਾ, ਉਹਨੂੰ ਵੀ ਕੱਲ ED ਦੇ ਉਹ ਤੋਂ ਵੀ ਪੁੱਛਿਆ। ਆਸਟ੍ਰੇਲੀਆ ਦੇ ਵਿੱਚ ਕਈ ਜਿਹੜੇ ਸਾਡੇ ਬੰਦੇ ਤਸਕਰੀ ਵੀ ਕਰਨ ਲੱਗ ਗਏ, ਇੱਕ ਪੰਜਾਬੀ ਜੋੜਾ ਫੜਿਆ ਤੇ ਉਹ 5 ਕੁਇੰਟਲ ਤੋਂ ਵੱਧ ਕੋਕੀਨ ਆਸਟ੍ਰੇਲੀਆ ਲੈ ਕੇ ਜਾ ਰਿਹਾ ਸੀ, ਉਹ ਚ ਉਹਨੂੰ ਦੋਸ਼ੀ ਠਹਿਰਾਇਆ ਹੈ, ਉਹਦੀ ਗੱਲ ਕਰਾਂਗੇ। ਤੇ ਇਸ ਤਰ੍ਹਾਂ ਇੱਕ ਬੰਦਾ ਪੰਜਾਬੀ ਨੌਜਵਾਨ ਡੀਪੋਰਟ ਕੈਨੇਡਾ ਤੋਂ ਕੀਤਾ ਕਿਉਂਕਿ ਉਹਨੇ ਐਕਸੀਡੈਂਟ ਕਰ ਲਿਆ ਸੀ। ਜਿਹੜਾ ਹੈ ਮੌਸਮ ਦਾ ਹਾਲ ਦੱਸਣਾ ਜ਼ਰੂਰੀ ਹੁੰਦਾ ਇਹਨਾਂ ਦਿਨਾਂ ਦੇ ਵਿੱਚ, ਸੱਚਮੁੱਚ ਹੀ ਜਿਹੜੀ ਮੌਸਮ ਵਿਭਾਗ ਅੱਜ ਕੱਲ੍ਹ ਸਹੀ ਰਿਪੋਰਟ ਦਿੰਦਾ ਹੈ ਤੇ ਤੁਹਾਡੇ ਸਾਹਮਣੇ ਹੈ, 95% ਤੱਕ ਤਾਂ ਸਹੀ ਹੁੰਦੀ ਹੈ। ਕਿਹਾ ਸੀ ਕਿ 31 ਜਨਵਰੀ ਤੋਂ ਮੀਂਹ ਪਏਗਾ ਤੇ ਕਿਨਮਿਨ ਸ਼ੁਰੂ ਹੋ ਗਈ, ਤੁਸੀਂ ਆਲੇ ਦੁਆਲੇ ਦੇਖ ਸਕਦੇ ਹੋ ਪੰਜਾਬ ਦੇ ਵਿੱਚ। ਤੇ ਕੱਲ੍ਹ ਵੀ ਜਿਹੜੀ 1-2 ਫਰਵਰੀ ਤੱਕ ਇਸ ਤਰ੍ਹਾਂ ਦਾ ਮੌਸਮ ਰਹਿਣਾ,
ਔਰ ਧੁੰਦ ਦੇ ਬਾਰੇ ਤਾਂ ਬਹੁਤ ਜ਼ਿਆਦਾ, ਕੱਲ 14 ਉਡਾਨਾਂ ਰੱਦ ਹੋਈਆਂ ਨੇ ਦਿੱਲੀ ਦੇ ਵਿੱਚ, ਇੰਨੀ ਜ਼ਿਆਦਾ ਧੁੰਦ ਸੀ ਤੇ ਲਗਾਤਾਰ ਐਕਸੀਡੈਂਟ ਹੋ ਰਹੇ ਨੇ। ਔਰ ਇੱਕ ਜਿਹੜੇ ਐਕਸੀਡੈਂਟ ਦਾ ਟਰੱਕ ਨੂੰ ਅੱਗ ਹੀ ਲੱਗ ਗਈ ਸੀ, ਤੋ ਹਿਮਾਚਲ ਦੇ ਵਿੱਚ ਬਰਫਬਾਰੀ ਹੋ ਗਈ ਇਹ ਵੀ ਕਿਹਾ ਸੀ, ਕੱਲ ਜੰਮੂ ਕਸ਼ਮੀਰ ਚ ਬਰਫਬਾਰੀ ਹੋਈ ਹੈ। ਤੋ ਇਹ 4 ਦਿਨ ਤੱਕ ਬਾਰਿਸ਼ ਰਹਿਣੀ ਹੈ ਤੇ ਬਰਫ਼ ਪੈਣੀ ਹੈ, ਤੇ ਜਿਹੜਾ ਧੁੰਦ ਹੈ ਇਹਨੇ ਜ਼ਿਆਦਾ ਨੁਕਸਾਨ ਕੀਤਾ ਹੈ, ਤੇ ਜਿਹੜੀ ਹੈ ਧੁੱਪ ਨਿਕਲਣ ਦੇ ਚਾਂਸਸ ਘੱਟ ਨੇ। ਔਰ 4 ਡਿਗਰੀ ਸੀ ਨਵਾਂ ਸ਼ਹਿਰ ਦਾ, ਸਭ ਤੋਂ ਠੰਡਾ ਸ਼ਹਿਰ 4 ਡਿਗਰੀ, ਫਿਰ ਵੀ ਕਾਫੀ ਠੰਡ ਸੀ। ਹਾਲਾਂਕਿ ਇੱਕ ਤੋਂ ਜਿਹੜਾ ਹੈ ਇਹ ਹੋਇਆ, ਪਟਿਆਲਾ ਠੀਕ ਸੀ ਕੱਲ, 9.2 ਡਿਗਰੀ ਘੱਟੋ ਘੱਟ ਤਾਪਮਾਨ ਸੀ, ਤੇ ਬਾਕੀ ਜਿਹੜਾ ਹੈ ਅੰਮ੍ਰਿਤਸਰ 5 ਤੱਕ ਸੀ ਪਾਰਾ, ਤੇ ਰੋਪੜ ਦੇ ਵਿੱਚ, ਪਠਾਨਕੋਟ ਦੇ ਵਿੱਚ, ਫਰੀਦਕੋਟ ਦੇ ਵਿੱਚ, ਫਰੀਦਕੋਟ 'ਚ ਖੈਰ 9 ਸੀ, ਤੇ ਬਾਕੀ ਸ਼ਹਿਰਾਂ 'ਚ ਕਿਤੇ 6.4 ਸੀ, 6.8 ਸੀ। ਸੋ ਇਸ ਤਰ੍ਹਾਂ ਦੀ ਠੰਡ ਸੀ। ਫਿਰ ਮੌਸਮ ਹਾਲੇ ਜਿਹੜੀ ਇਸੇ ਤਰ੍ਹਾਂ ਦੇ ਰਹੂਗਾ, ਤੇ ਠੰਡ ਜਿਹੜੀ ਹੈ ਹਾਲੇ ਹੋਰ ਪਏਗੀ, ਇਉਂ ਨਜ਼ਰ ਆਉਂਦਾ ਹੈ। ਖੈਰ ਹੁਣ ਇੱਧਰ ਤਾਂ ਠੰਡ ਦੀ ਗੱਲ ਹੈ, ਤੇ ਲੇਕਿਨ ਈਡੀ ਨੇ ਮੌਸਮ ਗਰਮ ਕੀਤਾ ਹੋਇਆ ਸਾਰੇ ਦੇਸ਼ ਦੇ ਵਿੱਚ। ਇੱਕ ਪਾਸੇ ਆਪਾਂ ਦੇਖਿਆ ਕਿ ਲਾਲੂ ਪ੍ਰਸ਼ਾਦ ਯਾਦਵ ਤੋਂ ਜਿਹੜਾ ਨੌਕਰੀ ਬਦਲੇ ਜ਼ਮੀਨ ਦੀ ਗੱਲ ਸੀ ਉਸ ਕੇਸ ਦੇ ਵਿੱਚ, ਤੇ ਕੱਲ ਫਿਰ ਤੇਜਸਵੀ ਯਾਦਵ ਤੋਂ ਵੀ ਪੁੱਛਿਆ ਗਿਆ, ਸਾਰੇ ਥਾਵਾਂ ਤੇ ਹੋ ਰਿਹਾ। ਤੇ ਆਪਾਂ ਜੇ ਪੰਜਾਬ ਦੀ ਗੱਲ ਕਰੀਏ, ਕੱਲ ਇੱਕ ਅਮੀਰ MLA ਹੈ, ਮੇਰਾ ਖਿਆਲ ਸਭ ਤੋਂ ਅਮੀਰ ਹੂ ਜਾਂ ਸਭ ਜਾਂ ਅਮੀਰਾਂ ਚੋਂ ਇੱਕ ਹੈ, ਐਂ ਕਹਿ ਲਈਏ, ਕੁਲਵੰਤ ਸਿੰਘ ਜਿਹੜਾ ਮੋਹਾਲੀ ਦਾ MLA ਹੈ, ਬੜੀ ਜਿਹੜਾ ਗਰਾਊਂਡ ਤੋਂ ਉੱਠਿਆ, ਕਿਉਂਕਿ ਜਿਹੜੇ ਪ੍ਰਾਪਰਟੀ ਡੀਲਿੰਗ ਚ ਪੈਸਾ ਬੜਾ ਹੈ, ਬੜਾ ਪੈਸਾ ਕਮਾਇਆ। ਉਹ ਜਿਹੜਾ ਕੁਲਵੰਤ ਸਿੰਘ ਹੈ, ED ਨੇ ਕੱਲ ਇਹ ਤੋਂ ਪੁੱਛਗਿੱਛ ਕੀਤੀ ਹੈ। ਇੱਕ ਗੱਲ ਇਹ ਹੈ ਵੀ ED ਦੀ ਪੁੱਛਗਿੱਛ ਬਹੁਤ ਲੰਬੀ ਹੁੰਦੀ ਹੈ, ਸਵੇਰੇ 11 ਵਜੇ ਤੋਂ ਲੈ ਕੇ ਰਾਤ ਦੇ 9 ਵਜੇ ਤੱਕ ਕੁਲਵੰਤ ਸਿੰਘ ਨੂੰ ਗ੍ਰਿਲ ਕੀਤਾ ED ਨੇ। ਤੇ ਵੈਸੇ ਇਹਦਾ ਜਿਹੜਾ ਲਿੰਕ ਹੈ, ਇਹ ਆਪਾਂ ਦੇਖਿਆ ਸੀ ਡੇਢ ਸਾਲ ਪਹਿਲਾਂ ਸ਼ਰਾਬ ਕਾਰੋਬਾਰੀ ਹੈ ਲੁਧਿਆਣਾ ਦਾ ਅਕਸ਼ੇ ਸ਼ਾਵੜਾ, ਉਹਦੇ ਤੇ ਕੇਸ ਬਣਿਆ ਸੀ, ਨਾਰਕੋਟਿਕਸ ਕੰਟਰੋਲ ਬਿਊਰੋ ਨੇ ਬਣਾਇਆ ਸੀ ਉਹ ਕੇਸ, ਉਹਦੀ ਜਾਂਚ ਚੱਲ ਰਹੀ ਹੈ। ਉਹਦੀ ਜਾਂਚ ਜਿਹੜੀ ਆ ਪਹੁੰਚ ਗਈ ਇੱਕ ਕੰਪਨੀ ਜਿਹੜੀ ਜਨਤਾ ਲੈਂਡ ਪ੍ਰਮੋਟਰਸ ਪ੍ਰਾਈਵੇਟ ਲਿਮਿਟਡ, ਇਹ ਰਿਐਲਿਟੀ ਕੰਪਨੀ ਹੈ, ਪ੍ਰਾਪਰਟੀ ਦੀ ਕੰਪਨੀ ਹੈ। ਉਹ ਜਿਹੜੀ ਕੰਪਨੀ ਚ ਜਾਂਚ ਜਦੋਂ ਉੱਥੇ ਤੱਕ ਪਹੁੰਚੀ, ਉਹ ਕੰਪਨੀ ਦਾ ਮਾਲਕ ਹੈ ਜਿਹੜਾ ਉਹ ਕੁਲਵੰਤ ਸਿੰਘ ਹੈ, ਮਤਲਬ ਇਹ ਰਡਾਰ ਤੇ ਆ ਗਿਆ। ਇਹ ਪਹਿਲਾਂ ਵੀ ਵੈਸੇ 31 ਅਕਤੂਬਰ ਨੂੰ ਵੀ ਛਾਪੇ ਵੱਜੇ ਸੀ, ਤੇ ਉਦੋਂ 4.5 ਕਰੋੜ ਕੈਸ਼ ਫੜਿਆ ਗਿਆ ਸੀ ਕੁਲਵੰਤ ਸਿੰਘ ਤੋਂ। ਤੋ ਹੁਣ ਫੇਰ ਤੇ ਹੁਣ ਜੇ ਸਵਾਲਾਂ ਤੋਂ ਨਹੀਂ ਇਹ ਹੁੰਦੀ ਤੇ ਸੈਟਿਸਫਾਈ, ਫਿਰ ਅੱਗੇ ਵੱਧ ਸਕਦੀ ਕਹਾਣੀ, ਗ੍ਰਿਫਤਾਰੀ ਤੱਕ ਜਾ ਸਕਦੀ ਹੈ। ਯਾਨੀ ਇਹਨਾਂ ਦਿਨਾਂ ਚ ਤਾਂ ED ਦੀ ਬੜੀ ਚਰਚਾ ਹੈ। ED ਦੇ ਅੱਗੇ ਹੋਰ ਇੱਕ ਵਕਤ ਪਾਇਆ ਹੋਇਆ ਹੈ, ਵਕਤ ਪਾਇਆ ਹੋਇਆ ਹੈ ਉਹ ਮੁੱਖ ਮੰਤਰੀ ਝਾਰਖੰਡ ਹਿੰਮਤ ਸੋਰੇਨ ਨੂੰ, ਤੇ ਅੱਜ ਕਹਿੰਦੇ ਪੁੱਛਣਾ, ਪਹਿਲਾਂ ਤਾਂ ਰੌਲਾ ਹੀ ਪੈ ਗਿਆ ਕਿ ਉਹ ਗਾਇਬ ਹੋ ਗਿਆ, ਲਾਪਤਾ ਹੋ ਗਿਆ, ਪਤਾ ਹੀ ਨਹੀਂ ਕਿਸੇ ਨੇ ਕਿਡਨੈਪ ਕਰਤਾ, ਚੱਪਲਾਂ ਪਾ ਕੇ ਚਲਾ ਗਿਆ। ਦਿੱਲੀ ਤੋਂ ਗਿਆ ਤਾਂ ਠੀਕ ਕਿਸੇ ਨੂੰ ਦੱਸੇ ਤੋਂ ਬਿਨਾ, ਲੇਕਿਨ CM ਹਾਊਸ ਰਾਂਚੀ ਪਹੁੰਚ ਗਿਆ ਸੀ, ਔਰ ਹਿੰਮਤ ਸੋਰੇਨ ਨੇ ਕੱਲ ਮੀਟਿੰਗ ਕੀਤੀ, ਔਰ ਆਪਦੇ ਘਰ ਦੇ ਵਿੱਚ ਮੀਟਿੰਗ ਕੀਤੀ, ਕਿਉਂਕਿ ਇਹਦੇ ਗੱਠਜੋੜ ਆ ਉੱਥੇ JMM ਦਾ, ਕਾਂਗਰਸ ਦਾ,
ਆਰਜੇਡੀ ਦਾ, ਸਾਰਿਆਂ ਦੇ ਐਮਐਲਏ ਆਏ ਪਰ ਇਹਦੇ ਕਰੀਬੀ ਅਤੇ ਰਿਸ਼ਤੇਦਾਰ 7 ਐਮਐਲਏ ਉੱਥੇ ਨਹੀਂ ਆਏ। ਕਾਰਨ ਇਹ ਕਿ ਜੇ ਹਿੰਮਤ ਸੁਰੇਨ ਦੀ ਗ੍ਰਿਫਤਾਰੀ ਹੋ ਜਾਂਦੀ ਹੈ ਤਾਂ ਪਿੱਛੋਂ ਇਹਦੀ ਬੀਵੀ ਕਲਪਨਾ ਸੁਰੇਨ ਉਹਨੂੰ ਬਣਾਇਆ ਜਾਊਗਾ ਮੁੱਖ ਮੰਤਰੀ। ਤੇ ਜਦੋਂ ਪਤਨੀ ਕਲਪਨਾ ਦੇ ਚਰਚੇ ਹੋਏ ਮੁੱਖ ਮੰਤਰੀ ਬਣਾਉਣ ਦੇ, ਉਦੋਂ ਫਿਰ ਕੁਛ ਐਮਐਲਏ ਵਿਰੋਧ ਕਰ ਰਹੇ ਸੀ ਤੇ ਗ੍ਰਿਫਤਾਰੀ ਦਾ ਸ਼ੱਕ ਪੂਰਾ, ਇਹਦੇ ਤਾਂ ਕੋਈ ਦੋ ਰਾਵਾਂ ਨਹੀਂ। ਤੇ ਇਹ ਹੁਣ ਤਾਂ ਦੇਖਣ ਵਾਲੀ ਗੱਲ ਹੈ ਕਿ ਅੱਜ ਗ੍ਰਿਫਤਾਰ ਹੁੰਦਾ ਜਾਂ ਨਹੀਂ ਹੁੰਦਾ। ਮੈਂ ਤੁਹਾਨੂੰ ਇੱਕ ਖਬਰ ਦੱਸੀ ਸੀ ਫਰਾਂਸ ਦੀ। ਫਰਾਂਸ ਦੇ ਵਿੱਚ ਜਿਹੜਾ ਤੁਹਾਨੂੰ ਪਤਾ ਹੈ ਕਿ ਕਿਸਾਨ, ਫਰਾਂਸ ਦੇ ਵਿੱਚ ਵੀ ਕਾਫੀ ਗਿਣਤੀ 'ਚ ਕਿਸਾਨ ਨੇ ਤੇ ਉਹ ਜਿਹੜੇ ਕਿਸਾਨ ਨੇ ਨਾ ਫਰਾਂਸ ਵਾਲੇ, ਉਹ ਵੀ ਦੁਖੀ ਨੇ। ਕਿਸਾਨ ਦੁਨੀਆਂ 'ਚ ਕਿਤੇ ਵੀ ਹੋਵੇ ਉਹ ਦੁਖੀ ਹੈ। ਕਿਸਾਨੀ ਜਿਹੜਾ ਧੰਦਾ ਹੈ ਨਾ, ਜੇ ਸਬਸਿਡੀਆਂ ਨਹੀਂ ਮਿਲਦੀਆਂ ਤਾਂ ਮੁਨਾਫੇ ਵਾਲਾ ਧੰਦਾ ਨਹੀਂ ਹੈ। ਔਰ ਜਿਵੇਂ ਦਿੱਲੀ ਦੇ ਵਿੱਚ ਪੰਜਾਬ, ਹਰਿਆਣਾ ਜਾਂ ਦੇਸ਼ ਦੇ ਕਿਸਾਨਾਂ ਨੇ ਮੋਦੀ ਵਰਗੇ ਜਿਹੜੇ ਸ਼ਾਸਕ ਨੂੰ ਝੁਕਾਇਆ, ਇਹ ਤੋਂ ਇੰਸਪਾਇਰ ਹੋਏ ਨੇ ਜਿਹੜੇ ਫਰਾਂਸ ਦੇ, ਜਰਮਨੀ ਦੇ, ਪੋਲੈਂਡ ਦੇ ਕਿਸਾਨ। ਸਾਰੀ ਦੁਨੀਆਂ 'ਚ ਅੱਜ ਕੱਲ੍ਹ ਗੱਲ ਜਾਂਦੀ ਹੈ, ਬਿਲਕੁਲ ਉਸੇ ਤਰੀਕੇ ਨਾਲ ਉਹਨਾਂ ਨੇ ਪੈਰਿਸ ਨੂੰ ਘੇਰ ਲਿਆ ਟਰੈਕਟਰਾਂ ਨਾਲ। ਮਤਲਬ ਖੜੇ ਜਿਹੜੇ ਨੇ ਉਹ, ਇਹ ਤਾਂ ਹੁਣ ਕੁੰਡਲੀ ਖੜੇ ਸੀ ਤੇ ਲੇਕਿਨ ਉਹ 100 ਕਿਲੋਮੀਟਰ ਦੂਰ ਉਹਨਾਂ ਨੇ ਟਰੈਕਟਰ ਘੇਰ ਲਿਆ। ਉਹਨਾਂ ਨੇ ਐਲਾਨ ਇਹ ਕੀਤਾ ਕਿ ਅਸੀਂ ਪੈਰਿਸ ਨੂੰ ਭੁੱਖਾ ਮਾਰ ਦੇਣਾ, ਚਾਰੇ ਪਾਸੋਂ ਘੇਰ ਲੈਣਾ। ਇਹ ਉਹਨਾਂ ਦੀ ਸਟ੍ਰੈਟਜੀ ਹੈ ਬਿਲਕੁਲ। ਭਾਵੇਂ ਉਹ ਪ੍ਰੇਰਿਤ ਨੇ ਪੰਜਾਬ ਦੇ ਕਿਸਾਨ, ਪਰ ਪੰਜਾਬ ਦੇ ਤਾਂ ਲੰਗਰ ਲਾਏ ਸੀ ਜਿਹੜਾ ਮਰਜ਼ੀ ਆਵੇ। ਤੇ ਲੋਕ ਤਾਂ ਜਦੋਂ ਇਹ ਗਏ ਨੇ ਆਲੇ ਦੁਆਲੇ ਵਾਲੇ, ਬਹੁਤ ਸਾਰੇ ਲੋਕਾਂ ਨੂੰ ਤਾਂ ਮੌਤ ਸੀ ਲੰਗਰ ਦੀ ਤੇ ਉਹ ਤਾਂ ਰੋਂਦੇ ਸੀ ਵੀ ਤੁਸੀਂ ਕਿਉਂ ਜਾ ਰਹੇ ਹੋ। ਯਾਨੀ ਇਸ ਕਿਸਮ ਦੇ ਹਾਲਾਤ ਉੱਥੇ ਉਲਟ ਹੈ, ਉਹ ਕਹਿੰਦੇ ਅਸੀਂ ਤਾਂ ਭੁੱਖੇ ਮਾਰਾਂਗੇ ਇਹਨਾਂ ਨੂੰ। ਪੈਰਿਸ ਨੂੰ ਬਚਾਉਣ ਲਈ 15,000 ਸੁਰੱਖਿਆ ਕਰਮਚਾਰੀ ਲਾਏ ਹੋਏ ਨੇ, ਇਸ ਕਿਸਮ ਦੀ ਗੱਲ ਹੈ। ਵੈਸੇ ਜਿਹੜਾ ਹੈ ਪੈਰਿਸ ਜਾਂ ਫਰਾਂਸ ਤੋਂ ਇਲਾਵਾ ਜਰਮਨ ਦੇ ਵਿੱਚ ਵੀ, ਪੋਲੈਂਡ ਦੇ ਵਿੱਚ ਵੀ ਇਸੇ ਤਰ੍ਹਾਂ ਦੀ ਐਜੀਟੇਸ਼ਨ ਚੱਲ ਰਹੀ ਹੈ। ਯਾਨੀ ਸਾਰੀ ਦੁਨੀਆਂ 'ਚ ਕਾਰਪੋਰੇਟ ਕਿਸਾਨੀ 'ਤੇ ਕਬਜ਼ਾ ਕਰਨਾ ਚਾਹੁੰਦਾ ਹੈ ਤੇ ਵੈਸੇ ਮਾਰਨਾ ਚਾਹੁੰਦਾ ਕਿਸਾਨਾਂ ਨੂੰ। ਉਹਨਾਂ ਨੇ ਛੋਟੇ ਕਿਸਾਨ ਤਾਂ ਮਾਰ ਹੀ ਦਿੱਤੇ, ਉੱਥੇ ਛੋਟੀ ਕਿਸਾਨੀ ਨਹੀਂ ਹੈ, ਖਤਮ ਹੀ ਕਰਤੀ। ਹਾਲੇ ਆਪਣੇ ਹੈਗੇ ਛੋਟੀ ਕਿਸਾਨੀ ਜਾਂ ਬਚਾ ਲਈਏ ਕਹਿ ਲਓ, ਤੇ ਉਹ ਹੁਣ ਇਹ ਐਜੀਟੇਸ਼ਨ ਚੱਲ ਰਹੀ ਹੈ। ਇਹਦੇ ਬਾਰੇ ਵੀ ਆਪਾਂ ਨਿਗਾਹ ਰੱਖਾਂਗੇ ਕਿ ਕਿੱਧਰ ਨੂੰ ਜਾ ਰਹੇ। ਇੱਕ ਖਬਰ ਆਪਾਂ ਲਈ ਸੀ ਭਾਨਾ ਸਿੰਘ, ਭਾਨਾ ਸਿੱਧੂ ਬਲੌਗਰ ਹੈ, ਉਹਨੇ ਇੱਕ ਕੰਮ ਲਿਆ। ਦੇਖੋ ਉਹਦੀ ਲੈਂਗੁਏਜ, ਉਹਦੇ ਟੋਨ 'ਚ ਫਰਕ ਹੋ ਸਕਦਾ। ਟੋਨ ਜਿਹੜੀ ਹੈ, ਵੈਸੇ ਜਦੋਂ ਤੁਸੀਂ ਕਿਸੇ ਨੂੰ ਉਹਨੂੰ ਧਮਕਾਉਣਾ ਕਹਿ ਲਓ, ਜੇ ਕਿਸੇ ਤੋਂ ਤੁਸੀਂ ਕੋਈ ਪੈਸਾ ਕਢਾਉਣਾ ਹੈ ਤਾਂ ਉਹ ਟੋਨ ਤਾਂ ਉਹੀ ਜਿਹੀ ਬਣ ਜਾਂਦੀ ਹੈ। ਬਹੁਤ ਬਹੁਤ ਚਲੋ ਪਿਆਰ ਨਾਲ ਵੀ ਹੁੰਦਾ। ਇੱਕ ਵਾਰੀ ਕਿਸੇ SHO ਨੂੰ ਵੀ ਫੋਨ ਕਰ ਰਹੇ ਸੀ ਕਿ ਭੈਣ ਜੀ ਤੁਸੀਂ ਇਸ ਤਰ੍ਹਾਂ ਦਾ ਪੈਸਾ ਦਵਾਓ, ਲੇਕਿਨ ਆਮ ਤੌਰ 'ਤੇ ਇਹਦੀ ਟੋਨ ਦੇ ਵਿੱਚ ਇਉਂ ਲੱਗਦਾ ਸੀ ਜਿਹੜੇ ਕੇਸ ਹੋ ਰਹੇ ਨੇ ਕਿ, ਲੇਕਿਨ ਪਰਪਜ਼ ਠੀਕ ਸੀ, ਇਹਨੇ ਕਿਹੜਾ ਆਪ ਪੈਸਾ ਲੈਣਾ। ਤੇ ਲੋਕ ਤਾਂ ਦੱਸਦੇ ਨੇ ਕਿ ਅਸੀਂ ਆਫਰ ਵੀ ਕੀਤਾ ਵੀ ਤੁਹਾਡੇ, ਤੁਸੀਂ ਇੰਨੇ ਪੈਸੇ ਵਾਪਸ ਕਰਾਏ ਨੇ ਤੇ ਤੁਸੀਂ ਲੋਕ ਕਹਿੰਦੇ ਨਹੀਂ ਇਹ ਨਹੀਂ, ਇਹ ਮੇਰਾ ਕੰਮ ਨਹੀਂ ਹੈ, ਮੈਂ ਨਹੀਂ ਲੈਣਾ। ਚਲੋ ਗੱਲ ਤਾਂ ਇਹ ਹੈ ਕਿ ਭਾਨਾ ਸਿੱਧੂ 'ਤੇ 4 ਕੇਸ ਹੋ ਗਏ, ਲੇਕਿਨ ਉਹ ਜਿਹੜੇ 4 ਕੇਸ ਜਦੋਂ ਜ਼ਮਾਨਤ ਹੁੰਦੀ ਹੈ, ਨਵਾਂ ਕੇਸ ਅੱਜ ਦਾ ਹੁਣ ਮੋਹਾਲੀ ਦਾ ਇੱਕ ਕੇਸ ਪੈ ਗਿਆ,
15 ਦਿਨ ਲਈ ਤਾਂ ਵੈਸੇ ਨਿਆਂ ਦਾ ਰਾਸਤਾ ਸੀ, ਹੁਣ ਹਲੇ ਰਿਮਾਂਡ ਤੇ ਹੈ, ਲੇਕਿਨ ਇਹਦੇ ਹੱਕ ਦੇ ਵਿੱਚ ਲੋਕ ਇਕੱਠੇ ਹੋਣੇ ਸ਼ੁਰੂ ਹੋ ਗਏ ਔਰ ਪਿੰਡ ਕੋਰਟ ਦੋਨਾਂ 'ਚ ਇਕੱਠ ਕਾਫੀ ਹੋਇਆ ਸੀ ਔਰ ਹੁਣ ਪੋਲੀਟੀਕਲ ਪਾਰਟੀ ਜਾਣ ਲੱਗ ਗਿਆ। ਜਿਹੜੀਆਂ ਆਮ ਆਦਮੀ ਪਾਰਟੀ ਜਾਂ ਮਾਨ ਵਿਰੋਧੀ ਨੇ ਉਹਨਾਂ ਨੇ ਤਾਂ ਉੱਥੇ ਜਾਣਾ ਹੀ ਹੈ। ਕੱਲ੍ਹ ਸੁਖਪਾਲ ਖਹਿਰਾ ਬੜਾ ਤਿੱਖਾ ਬੋਲਿਆ ਔਰ ਜਿੰਨਾ ਤਿੱਖਾ, ਹਾਲਾਂਕਿ ਥੋੜ੍ਹਾ ਚਲੋ ਜਦੋਂ ਭਾਸ਼ਣ ਦਿੰਦਾ ਬੰਦਾ ਭੁਤਾਲ ਚੜ੍ਹਾ ਕੇ ਦੱਸਦਾ, ਕਹਿੰਦਾ ਸਰਕਾਰ ਨੇ ਵਕੀਲ ਕਰਕੇ ਮੇਰੇ ਖਿਲਾਫ 5 ਕਰੋੜ ਖਰਚਿਆ, ਚਲੋ ਘੱਟ ਖਰਚਾ ਉਹ, ਪਰ ਸਰਕਾਰ ਦੀ ਦੇ ਵਿਰੋਧ ਦੇ ਵਿੱਚ ਲੋਕ ਉੱਥੇ ਇਕੱਠੇ ਹੋ ਗਏ ਤੇ ਹੁਣ ਇਹ ਵੀ ਇਸੇ ਕਰਕੇ ਕਹਿੰਦੇ ਵੀ ਇਹ ਕਿਉਂਕਿ ਸਰਕਾਰ ਦੇ ਵਿਰੋਧ ਕਰਦਾ ਸੀ ਇਸ ਕਰਕੇ ਇਹਨੂੰ ਫੜਿਆ ਗਿਆ। ਤੋ ਇਹ ਜਿਹੜਾ ਕੱਠਵੱਟ ਹੋਣਾ ਸ਼ੁਰੂ ਹੋ ਗਿਆ, ਕੱਠਵੱਟ ਦਾ ਇਹ ਹੈ ਕਿ ਸਿਮਰਜੀਤ ਸਿੰਘ ਮਾਨ ਉਹ ਕਹਿੰਦਾ ਮੈਂ 1 ਤਰੀਕ ਨੂੰ ਇਕੱਠ ਕਰਨਾ ਤੇ ਧੂਲੀ ਦੇ ਚ ਕਰਨਾ ਇਕੱਠ, ਤੇ ਸੰਯੁਕਤ ਕਿਸਾਨ ਮੋਰਚਾ ਕਹਿੰਦਾ ਅਸੀਂ 3 ਫਰਵਰੀ ਨੂੰ ਸਰੂਰ ਵਾਲੀ ਕੋਠੀ ਦੇ ਸਾਹਮਣੇ ਭਗਵੰਤ ਮਾਨ ਜੀ ਦੇ ਇਕੱਠ ਕਰਾਂਗੇ, ਜੇ ਲੋੜ ਪਈ ਤਾਂ ਸਪੱਕਾ ਮੋਰਚਾ ਲਾ ਦਾਂਗੇ। ਜਿਵੇਂ ਪਰਮਿੰਦਰ ਝੋਟੇ ਦੇ ਹੱਕ 'ਚ ਲੱਗਿਆ ਸੀ ਮਾਨਸਾ, ਉਸ ਤਰ੍ਹਾਂ ਦੇ ਹਾਲਾਤ ਬਣਦੇ ਜਾ ਰਹੇ ਨੇ, ਲੋਕ ਇਹਦੇ ਹੱਕ 'ਚ ਉੱਠ ਖੜੇ ਨੇ। ਔਰ ਐਸਐਸਪੀ ਬਰਨਾਲਾ ਸੁਦੀਪ ਕੁਮਾਰ ਮਲਿਕ, ਐਸਐਸਪੀ ਬਠਿੰਡਾ ਹਰਮਨਵੀਰ ਸਿੰਘ, ਉਹਨੇ ਕੀਤੀ ਗੱਲਬਾਤ, ਉਹ 'ਚ ਕਿਸਾਨ ਵੀ ਸੀ, ਰੁਦਰ ਸਿੰਘ ਮਾਨਸਾ ਸੀ, ਲੱਖਾ ਸਧਾਣਾ ਸੀ, ਮਨਵੀਰ ਕੌਰ ਰਾਹੀ, ਇਹ ਸਾਰੇ ਉਹਨਾਂ ਨੇ ਗੱਲਬਾਤ ਕੀਤੀ। ਉਹ ਕਹਿੰਦੇ ਜੀ ਇਹਦੇ ਕੇਸ ਸਾਰੇ ਰੱਦ ਕਰ, ਅਸੀਂ ਧਰਨਾ ਚੱਕ ਲਵਾਂਗੇ। ਤੇ ਹੁਣ ਕੇਸ ਰੱਦ ਇਹਨਾਂ ਦੇ ਹੱਥ ਥੋੜ੍ਹੀ, ਇਹਨਾਂ ਤਾਂ ਸਰਕਾਰ ਨੇ ਇਸ਼ਾਰਾ ਕਰਨਾ ਹੈ। ਉਹ ਕਹਿੰਦੇ ਜੀ ਸਰਕਾਰ ਨਾਲ ਅੱਜ ਫਿਰ 11 ਵਜੇ ਮੀਟਿੰਗ ਹੋਣੀ ਹੈ। ਗੱਲ ਇਹ ਹੈ ਕਿ ਇਸੇ ਤਰ੍ਹਾਂ ਉੱਥੇ ਹੋਇਆ ਸੀ ਤੇ ਕੁਛ ਨਾ ਕੁਛ ਜਿਹੜਾ ਹੈ ਸਰਕਾਰ ਜਿਹੜੀ ਦੂਜੇ ਪਾਸੇ ਨੂੰ ਤੁਰਨ ਲੱਗੀ ਹੈ, ਕਿਉਂਕਿ ਜਿਹੜਾ ਲੋਕਾਂ ਦਾ ਰੋਹ ਹੁੰਦਾ ਹੈ ਨਾ ਉਹ ਬਹੁਤ ਅਹਿਮੀਅਤ ਰੱਖਦਾ ਹੁੰਦਾ ਹੈ ਲੋਕਤੰਤਰ 'ਚ ਸਰਕਾਰਾਂ ਨੇ। ਖੈਰ ਇੱਕ ਖਬਰ ਹੋਰ ਲਈਏ, ਲੋਕਤੰਤਰ ਭਾਵੇਂ ਹੈ ਪਰ ਇਹ ਕਹਿੰਦੇ ਜੀ ਸਕੂਲਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਇਹ ਕਹਿੰਦੀ ਹੈ ਕਿ ਸਕੂਲਾਂ 'ਚ ਤਾਂ ਡਰੈਸ ਹੁੰਦੀ ਹੈ, ਇਹਦੇ 'ਚ ਤੁਸੀਂ ਹਿਜਾਬ ਪਾ ਕੇ ਨਹੀਂ ਆ ਸਕਦੇ। ਹੁਣ ਡਰੈਸ ਦੇ ਵਿੱਚ ਮੰਨ ਲਓ, ਮੈਨੂੰ ਨਹੀਂ ਪਤਾ ਕਿ ਜੇ ਰਾਜਸਥਾਨ 'ਚ ਹਿਜਾਬ ਦੀ ਗੱਲ ਹੋਈ ਹੈ, ਰਾਜਸਥਾਨ 'ਚ ਕੋਈ ਸਿੱਖ ਬੱਚਾ ਪਟਕਾ ਜਾਂ ਪੱਗ ਬੰਨ ਕੇ ਆਉਂਦਾ ਹੈ ਤੇ ਡਰੈਸ ਦੇ ਵਿੱਚ ਤਾਂ ਪੱਗ ਹੈ ਨਹੀਂ ਉੱਥੇ, ਤੇ ਉਹ ਕਹਿਣਗੇ ਵੀ ਤੂੰ ਪੱਗ ਨਹੀਂ ਬੰਨ ਕੇ ਆ ਸਕਦਾ, ਇਸ ਵਾਰ ਖੜਾ ਹੋ ਸਕਦਾ। ਤੇ ਜਿਵੇਂ ਹਿਜਾਬ ਦਾ ਹੋਇਆ ਵੀ ਉੱਥੇ ਕੋਈ ਹਿਜਾਬ ਪਾ ਕੇ ਨਹੀਂ ਆ ਸਕਦਾ। ਤੋ ਇਹ ਜਿਹੜਾ ਇਹ ਲੜਾਈ ਇਸ ਤਰ੍ਹਾਂ ਦੀ ਜਦੋਂ ਹੁੰਦੀ, ਪਹਿਲਾਂ ਕਰਨਾਟਕਾ 'ਚ ਵੀ ਆਪਾਂ ਦੇਖਿਆ, ਆਉਣ ਸਾਰ ਸਰਕਾਰ ਨੇ ਫਿਰ ਉਹ ਹਟਾਇਆ ਜਦੋਂ ਨਵੀਂ ਸਰਕਾਰ ਬਣਦੀ ਹੈ। ਤੋ ਲੇਕਿਨ ਰਾਜਸਥਾਨ ਦੇ ਸਿੱਖਿਆ ਮੰਤਰੀ ਮਦਨ ਦਿਲਾਵਰ ਕਹਿੰਦੇ ਜੀ ਸਕੂਲ ਡਰੈਸ ਜਿਹੜੀ ਹੈ ਉਹ ਨਹੀਂ, ਇਸੇ ਕਰਕੇ ਹੁਣ 5 ਕਾਰਨ ਨੇ ਫਰਜ਼ ਆਪਣੇ ਤੇ ਕੜੇ ਨੂੰ ਤਾਂ ਆਪਾਂ ਉਰੇ ਐਗਜ਼ਾਮ 'ਚ ਲਾਉਂਦੇ, ਚੰਡੀਗੜ੍ਹ 'ਚ ਦੇਖਿਆ, ਬਠਿੰਡੇ 'ਚ ਦੇਖਿਆ, ਪਤਾ ਹੈ ਲੋਕਾਂ ਨੂੰ ਨਹੀਂ ਪਤਾ। ਤੇ ਜਿਹੜੇ ਧਾਰਮਿਕ ਚਿੰਨ੍ਹ ਨੇ ਉਹਨਾਂ ਬਾਰੇ ਸਰਕਾਰ ਨੂੰ ਕੋਈ ਨਾ ਕੋਈ ਪਾਲਿਸੀ ਬਣਾਉਣੀ ਚਾਹੀਦੀ ਹੈ। ਮਤਲਬ ਇਹ ਸਿੱਧਾ ਇਹ ਕਹਿ ਦੇਣਾ ਮਤਲਬ ਉਲੰਘਣਾ ਕਰਨ ਤੇ ਕਾਰਵਾਈ ਹੋਏਗੀ, ਤੋ ਫਿਰ ਇਹਦਾ ਮਤਲਬ ਕਿ ਇਹਦਾ ਲੋਕ ਤਾਂ ਹੁਣ ਫਰਾਂਸ ਦੇ ਵਿੱਚ ਦਸਤਾਰ ਦੀ ਲੜਾਈ ਚੱਲਦੀ ਰਹੀ ਹੈ, ਤੋ ਬਹੁਤ ਸਾਰੇ ਤਾਂ ਅਮਰੀਕਾ 'ਚ ਜਿੱਤੇ ਨੇ ਜਿਹੜੇ ਡਿਫੈਂਸ ਫੋਰਸ ਵਾਲੇ। ਤੋ ਇਹ ਤਾਂ ਆਪਣੇ ਦੇਸ਼ ਦੇ ਵਿੱਚ ਜਦੋਂ ਇਸ ਤਰ੍ਹਾਂ ਦੀ ਗੱਲ ਹੁੰਦੀ ਹੈ, ਜੋ ਵੀ ਵੈਸੇ ਤਾਂ ਹੁਣ ਉਹਨਾਂ ਦਾ ਜਿਹੜਾ ਖੇਤੀ ਮੰਤਰੀ ਹੈ ਕਰੋੜੀ ਲਾਲ, ਉਹ ਤਾਂ ਕਹਿੰਦਾ ਕਿ ਪ੍ਰਾਈਵੇਟ ਸਕੂਲਾਂ 'ਚ ਵੀ ਇਹ ਕਰੋ ਤੇ ਕੱਲ੍ਹ ਨੂੰ ਮਦਰੱਸਿਆਂ 'ਚ ਵੀ ਹੋ ਜਾਊਗਾ, ਇਹ ਨਹੀਂ ਮੈਨੂੰ ਪਤਾ, ਲੇਕਿਨ ਇਸ ਤਰ੍ਹਾਂ ਦੀ ਗੱਲ ਚੱਲ ਰਹੀ ਹੈ। ਗੱਲ ਤਾਂ ਇੱਕ ਹੋਰ ਵੀ ਚੱਲਦੀ ਹੈ, ਅਸੀਂ ਜਦੋਂ ਬਹੁਤ ਵਾਰ ਕਹਿੰਦੇ ਹਾਂ ਨਾ ਜੀ ਆਪਣੇ ਆਪ ਨੂੰ ਅਸੀਂ ਮਾਣ ਮਹਿਸੂਸ ਕਰਦੇ ਹਾਂ ਬਹੁਤ ਗੱਲਾਂ 'ਚ,
ਲੇਕਿਨ ਸਵੈ ਪੜਚੋਲ ਵੀ ਆਪਣੇ ਆਪ ਚ ਵੱਡੀ ਹੈ। ਅਸੀਂ ਚੰਗੇ ਕੰਮ ਵੀ ਕੀਤੇ ਕੌਮ ਨੇ, ਮਾੜੇ ਵੀ ਕੀਤੇ ਪੰਜਾਬੀਆਂ ਨੇ, ਤੇ ਮਾੜਿਆਂ ਦਾ ਵੀ ਜ਼ਿਕਰ ਕਰ ਲੈਣਾ ਚਾਹੀਦਾ। ਜਿਵੇਂ ਮੈਂ ਬਹੁਤ ਵਾਰ ਸਿੱਖਾਂ ਦੇ ਸਿੱਖ ਬਹਾਦਰ ਹੁੰਦੇ ਨੇ, ਭਾਈ ਬਹਾਦਰ ਵੀ ਹੁੰਦੇ ਨੇ, ਗਦਾਰ ਵੀ ਹੁੰਦੇ ਨੇ। ਗਦਾਰ ਨਾ ਹੁੰਦਾ ਰਣਜੀਤ ਸਿੰਘ ਦਾ ਰਾਜ ਐ ਜਾਣਾ ਸੀ, ਤੋ ਗਦਾਰੀ ਦੀ ਵੀ ਗੱਲ ਕਰੋ ਨਾ, ਉਹ ਵੀ ਤਾਂ ਸਿੱਖਾਂ ਚ ਹੀ ਸੀ। ਖੈਰ ਹੁਣ ਕੀ ਹੈ, ਜਿਹੜਾ ਇੱਕ ਆਸਟ੍ਰੇਲੀਆ ਦੀ ਖਬਰ ਹੈ, ਆਸਟ੍ਰੇਲੀਆ ਦੇ ਇੱਕ ਪੰਜਾਬੀ ਜਿਹੜਾ ਜੋੜਾ ਹੈ, ਵੈਸੇ ਕੁੜੀ ਦੀ ਉਮਰ ਤਾਂ ਵਾਹਵਾ ਹੈ, ਮੁੰਡਾ 35 ਸਾਲ ਦਾ ਹੀ ਹੈ, ਤੇ ਉਹ ਰਾਜਾਦਾ ਕਮਲਜੀਤ ਸਿੰਘ ਰਾਜਾਦਾ, ਤੇ ਜਿਹੜੀ ਬੀਬੀ ਹੈ ਆਰਤੀ ਧੀਰ ਉਹ 68 ਸਾਲ ਦੀ ਹੈ। ਇਹਨਾਂ ਤੇ ਕੀ ਹੈ, ਇਹ UK ਤੋਂ ਜਹਾਜ਼ ਰਾਹੀਂ ਡੱਬਿਆਂ ਚ ਪਾ ਕੇ ਨਾ ਕੋਕੀਨ ਲੈ ਕੇ ਆਏ, ਔਰ ਕੋਕੀਨ ਵੀ 5 ਕੁਇੰਟਲ ਥੋੜੀ ਬਹੁਤੀ ਦੀ, ਆਸਟ੍ਰੇਲੀਆ ਲੈ ਕੇ ਜਾਣੀ ਸੀ। ਤੇ ਜਿਹੜਾ ਹੁੰਦਾ ਨਾ ਕੰਪਨੀ ਦਾ ਜਿਹੜਾ ਮੈਟਲ ਟੂਲ ਬਾਕਸ ਹੈ, ਉਹਦੇ ਚ ਲੁਕਾ ਕੇ ਲੈ ਕੇ ਭੇਜ ਰਹੇ ਸੀ, ਫੜੇ ਗਏ। ਇਹ 2021 ਦੀ ਗੱਲ ਹੈ, ਤੇ ਵਾਹਵਾ ਪੈਸਾ ਤਾਂ ਬਹੁਤ ਬਣਦਾ ਜੇ ਉਹਨੂੰ ਆਪਾਂ ਰੁਪਇਆਂ ਚ ਤਾਂ ਬਹੁਤ ਹੀ ਬਣ ਜੂ, ਜਦੋਂ ਕਿ 5.7 ਕਰੋੜ ਪੌਂਡ ਦੇ ਵਿੱਚ ਹੈ, ਯਾਨੀ ਜਿਹੜਾ ਪੌਂਡ 100 ਰੁਪਏ ਦਾ ਹੈ, ਤੇ ਉੱਥੇ ਇੰਨਾ ਪੈਸਾ ਹੈ। ਤੇ ਹੁਣ ਇਹਨਾਂ ਤੇ ਕੇਸ ਜਿਹੜਾ ਹੈ, 18 ਦੋਸ਼ ਜਿਹੜੇ ਸਹੀ ਹੋ ਗਏ, ਸਿੱਧ ਹੋ ਗਏ, ਤੇ ਇਹ ਬਈ ਕੀ ਚ ਪਹੁੰਚੀ ਸੀ ਇਹ ਜਿਹੜੀ ਕੋਕੀਨ, ਬਸ ਹੁਣ ਇਹਨਾਂ ਤੇ ਜੁਰਮਾਨਾ ਲੱਗਣਾ ਜਾਂ ਸਜ਼ਾ ਹੋਣੀ ਹੈ, ਨਾਮਜ਼ਦ ਹੋ ਗਏ ਨੇ ਪੰਜਾਬੀ ਮੂਲ ਦਾ ਕਮਲਜੀਤ ਸਿੰਘ ਰਾਜਾ ਦਾ ਸ਼ਾਮਿਲ ਹੈ ਇਹਦੇ ਚ। ਇਸੇ ਤਰ੍ਹਾਂ ਇੱਕ ਹੋਰ ਪੰਜਾਬੀ, ਮੈਂ ਤਾਂ ਬਹੁਤ ਵਾਰ ਕਿਹਾ ਪੰਜਾਬੀ ਪੜ੍ਹਨ ਜਾਂਦੇ ਨੇ, ਪੜ੍ਹੋ ਉੱਥੇ, ਕਰਦੇ ਕੀ ਹੋ ਤੁਸੀਂ, ਕੈਨੇਡਾ ਦੀ ਖਬਰ ਹੈ। ਹੁਣ ਮੁੰਡਾ 2019 ਦੀ ਗੱਲ ਹੈ, ਵੈਸੇ ਹੁਣ ਤਾਂ ਜਾਂ ਰਿਪੋਰਟ ਕੀਤਾ ਜਾਂ ਸਜ਼ਾ ਹੋਈ ਹੈ, ਮਤਲਬ ਸੜਕ ਹਾਦਸਾ ਇਸ ਕਰਕੇ ਨਹੀਂ, ਚਲੋ ਸੜਕ ਹਾਦਸਾ ਹੋ ਜੇ, ਮੁੰਡਾ ਬਿਪਨਜੋਤ ਗਿੱਲ ਗਿਆ ਸੀ ਤੇ 16 ਚ ਗਿਆ ਸੀ, ਲੇਕਿਨ ਬਸ 2 ਸਾਲ ਚ ਹਵਾ ਲੱਗ ਗਈ। ਇਹ 18 ਮਈ 19 ਦੀ ਗੱਲ ਹੈ, ਆਪਦੀ ਕਾਰ ਨੂੰ ਇੰਨੀ ਤੇਜ਼ ਚਲਾ ਰਿਹਾ ਸੀ ਕਿ ਅੱਗੇ ਇੱਕ ਕਾਰ ਜਾਂਦੀ ਸੀ, ਬਿਲਕੁਲ ਕੋਈ ਰੈੱਡ ਲਾਈਟ ਨਹੀਂ ਦੇਖੀ, ਕੁਛ ਨਹੀਂ ਦੇਖੀ, ਉਹ ਵੀ ਕੈਨੇਡਾ ਦੇ ਵਿੱਚ, ਅਲਬਰਟਾ ਦੇ ਕੈਲਗਰੀ ਦੇ ਵਿੱਚ। ਤੇ 31 ਸਾਲ ਦੀ ਕੁੜੀ ਜਾ ਰਹੀ ਸੀ, ਉਜਮਾ ਅਫਜਲ, ਤੇ ਨਾਲ ਉਹਦੀ ਮਾਂ ਸੀ 65 ਸਾਲ ਦੀ ਬਿਲਕਿਸ ਬੇਗਮ, ਦੋਨਾਂ ਦੇ ਬਾਰੇ ਜਾ ਕੇ ਤੇ ਦੋਨਾਂ ਦੀ ਮੌਤ ਹੋ ਗਈ ਸੀ। ਤੇ ਹੁਣ ਇਹਨੂੰ ਫਿਰ ਸਜ਼ਾ ਤਾਂ ਹੋਣੀ ਸੀ, ਦੋਹਰੀ ਉਮਰ ਕੈਦ ਦੀ ਸਜ਼ਾ, ਔਰ ਨਾਲੇ ਮਤਲਬ ਬਦਨਾਮੀ ਪੰਜਾਬੀਆਂ ਦੀ ਅਲੱਗ। ਇੱਕ ਪੰਜਾਬੀਆਂ ਦੀ ਉਹਨੇ ਸਿੱਖਾਂ ਦੀ ਵਾਹਵਾ ਬੱਲੇ ਬੱਲੇ ਕਰਾਈ, ਉਹ ਸੀ ਤਰਨਜੀਤ ਸਿੰਘ ਸੰਧੂ। ਇਹ ਤੇਜਾ ਸਿੰਘ ਸਮੁੰਦਰੀ ਦਾ ਪੋਤਾ, ਔਰ ਜਿਹੜੇ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ, ਉਹਨਾਂ ਦਾ ਪੁੱਤਰ, ਤੇ ਇਹ ਹੋ ਗਿਆ ਰਿਟਾਇਰ, ਔਰ ਅਮਰੀਕਾ ਦੇ ਵਿੱਚ ਇਹ ਇੰਡੀਅਨ ਅੰਬੈਸਡਰ ਦੇ ਤੌਰ ਤੇ ਰਿਟਾਇਰ ਹੋਇਆ, ਵੈਸੇ ਵੀ ਇੰਡੀਅਨ ਫੋਰਨ ਸਰਵਿਸ ਵਾਲਾ, ਪਹਿਲਾਂ ਵੀ ਇੱਕ ਇੰਡੀਅਨ ਫੋਰਨ ਸਰਵਿਸ ਦਾ ਬੰਦਾ ਹਰਦੀਪ ਸਿੰਘ ਪੁਰੀ ਆਪਾਂ ਦੇਖਿਆ, ਜਿਹੜਾ ਅੰਮ੍ਰਿਤਸਰ ਤੋਂ ਹਾਰਿਆ ਸੀ। ਹੁਣ ਪਤਾ ਲੱਗਿਆ ਕਿ ਭਾਰਤੀ ਜਨਤਾ ਪਾਰਟੀ ਅੰਮ੍ਰਿਤਸਰ ਸਾਹਿਬ ਤੋਂ ਹੀ ਇਸ ਨੂੰ ਲੜਾਉਣਾ ਚਾਹੁੰਦੀ ਹੈ ਕਿ ਆਉਣ ਵਾਲੀ ਇਲੈਕਸ਼ਨ ਦੇ ਵਿੱਚ ਤੁਸੀਂ ਹੋਵੋ ਤਿਆਰ। ਇਸ ਤਰ੍ਹਾਂ ਦੇ ਹਾਲਾਤ ਨਜ਼ਰ ਆ ਰਹੇ ਨੇ, ਲੇਕਿਨ ਸੰਧੂ ਦਾ ਇਮੇਜ ਕਾਫੀ
ਵਧੀਆ ਹੈ, ਇਹ ਗੱਲ ਜ਼ਰੂਰ ਆਪਾਂ ਕਹਿ ਸਕਦੇ ਹਾਂ। ਤੇ ਇੱਕ ਨੈਸ਼ਨਲ ਖਬਰ ਆਪਾਂ ਦੇਖੀਏ, ਕੱਲ ਜਿਹੜਾ ਇੱਕ ਕੈਬਨਿਟ ਮਿਨਿਸਟਰ ਨੇ ਕਿਹਾ ਸੀ ਕਿ ਇਸੇ ਹਫ਼ਤੇ ਮੈਂ ਗਰੰਟੀ ਦਿੰਦਾ ਕਿ CAA ਲਾਗੂ ਕਰ ਦੇਣਾ ਸਰਕਾਰ ਨੇ, ਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਕਹਿੰਦੀ ਜਿੰਨਾ ਚਿਰ ਮੈਂ ਜਿਉਣੀ ਹੈ ਮੈਂ ਤੁਹਾਡੀ ਬੰਗਾਲ ਚ ਲਾਗੂ ਹੁੰਦੇ। ਤੇ ਬੜੀ ਬੀਬੀ ਇਸ ਵੱਲੋਂ ਦੇਖੀ ਹੈ ਇਹ ਗੱਲ ਜੋ ਮਰਜ਼ੀ, ਉਹ ਕਹਿੰਦੇ ਇਹ ਤਾਂ ਭਾਜਪਾ ਸਿਆਸੀ ਲਾਹੇ ਲਈ ਇਹ ਕਰ ਰਹੀ ਹੈ, ਗੱਲ ਤਾਂ ਉਹਦੀ ਠੀਕ ਹੈ। ਸੋ ਮਮਤਾ ਬੈਨਰਜੀ ਜਿਹੜੀ ਪੈਦਲ ਯਾਤਰਾ ਦੇ ਵੀ ਬਦਲ ਲੋਕਾਂ ਨੂੰ ਅਵੇਅਰ ਕਰ ਲਈ, ਇਲੈਕਸ਼ਨ ਤੋਂ ਪਹਿਲਾਂ ਬਹੁਤ ਐਕਟਿਵ ਹੋ ਜਾਂਦੀ ਹੈ। ਪਿਛਲੀ ਵਾਰ ਤਾਂ ਆਪਾਂ ਦੇਖਿਆ ਸੀ ਮੋਦੀ ਸਾਹਿਬ ਅੰਮ੍ਰਿਤ ਸ਼ਾਹ ਮੁਰਲੀ ਨਾਲ ਬਾਕੀਆਂ ਸੀ, ਨਾਲੇ ਲੱਤ ਟੁੱਟੀ ਹੋਈ ਸੀ। ਸੋ ਹੁਣ ਤਾਂ ਹਾਲਾਤ ਤਾਂ ਇਹ ਨੇ, ਭਾਵੇਂ ਆਪਾਂ ਪੰਜਾਬ ਚ ਲੜ ਰਹੇ ਨੇ ਪਰ ਕੱਲ ਜਿਵੇਂ ਦੇਖਿਆ ਚੰਡੀਗੜ੍ਹ ਦੇ ਵਿੱਚ ਕਾਂਗਰਸ ਤੇ ਆਮ ਆਦਮੀ ਇਕੱਠੇ ਹੋ ਕੇ ਲੜ ਰਹੀ ਹੈ। ਫਿਰ ਆਪਾਂ ਅੱਗੇ ਵਧੀਏ ਖਬਰਾਂ, ਫਿਰ ਇੱਕ ਕੈਨੇਡਾ ਦੀ ਲਈਏ ਖਬਰ, ਇਹ ਬ੍ਰਿਟਿਸ਼ ਕੋਲੰਬੀਆ ਦੀ, ਜਿਹਦੇ ਵਿੱਚ ਇੱਕ ਸ਼ਹਿਰ ਸਰੀ ਹੈ, ਉੱਥੇ ਉੱਥੇ ਕੀ ਹੈ ਬ੍ਰਿਟਿਸ਼ ਕੋਲੰਬੀਆ ਦੇ ਵਿੱਚ, ਕਿਉਂਕਿ ਜ਼ਿਆਦਾ ਗਿਣਤੀ 'ਚ ਪੰਜਾਬੀ ਪਹਿਲਾਂ ਉੱਥੇ ਗਏ ਤੇ ਗਿਣਤੀ ਵੀ ਜ਼ਿਆਦਾ ਉਹਨਾਂ ਦੀ, ਤੇ 290 ਪ੍ਰਾਈਵੇਟ ਕਾਲਜ ਨੇ ਉੱਥੇ। ਉਹ ਕਾਲਜ ਆਮ ਤੌਰ ਤੇ ਜਿਹੜੇ ਪਲਾਜੇ ਮਾਰਕੀਟ ਹੁੰਦੀ ਹੈ, ਪਲਾਜਿਆਂ ਦੇ ਕਮਰਿਆਂ 'ਚ ਵੀ ਕਾਲਜ ਖੁੱਲੇ ਹੋਏ ਨੇ। ਮੈਂ ਵੀ ਦੇਖਿਆ, ਮੈਂ ਬ੍ਰੈਂਪਟਨ ਮੈਨੂੰ ਕੋਈ ਦੋਸਤ ਲੈ ਕੇ ਸੀ ਆਪਣੇ ਕਾਲਜ 'ਚ, ਤੋ ਉੱਥੇ ਉਹ ਹੁਣ ਕਹਿੰਦੇ ਜੀ ਪਹਿਲਾਂ ਤਾਂ ਜੀ ਕੋਈ ਸ਼ਿਕਾਇਤ ਕਰਦਾ ਸੀ ਤਾਂ ਅਸੀਂ ਜਾਂਚ ਕਰਦੇ ਸੀ, ਹੁਣ ਜਾਂਚ ਜਿਹੜੀ ਵੈਸੀ ਹੋ ਰਹੀ ਹੈ। ਤੋ ਇਹ ਜਿਹੜੇ ਨਿੱਜੀ ਕਾਲਜ ਨੇ, ਪ੍ਰਾਈਵੇਟ ਕਾਲਜ ਨੇ, ਇਹਨਾਂ 'ਤੇ ਜਿੰਨੀ ਸਖਤੀ ਹੋ ਰਹੀ ਹੈ ਤੇ ਆਉਣ ਵਾਲੇ ਟਾਈਮ ਦੇ ਵਿੱਚ ਕੈਨੇਡਾ 'ਚ ਪੰਜਾਬੀ ਮੁੰਡਿਆਂ ਲਈ, ਇੰਟਰਨੈਸ਼ਨਲ ਸਟੂਡੈਂਟਸ ਲਈ ਕਾਫੀ ਔਖਾ ਹੋ ਜਾਣਾ ਹੈ, ਇਉਂ ਲੱਗ ਰਿਹਾ। ਤੇ ਆਪਾਂ ਜਿਹੜਾ ਕੱਲ ਮੈਂ ਇੱਕ ਖਬਰ ਦੇਖ ਰਿਹਾ ਸੀ, ਹਰਿਆਣਾ ਦੇ ਵਿੱਚ ਦਿੱਲੀ ਦਾ ਪਹਿਲਵਾਨ ਮਤਲਬ ਫਰੀਦਾਬਾਦ 'ਚ ਉਹ ਬੰਦਾ ਆਇਆ, ਹਾਲਾਂਕਿ ਉਹ ਜਿੰਮ ਜਾਂਦਾ ਸੀ ਟਾਈਮ ਬਦਲ ਕੇ, ਉਹਨੂੰ ਪਤਾ ਸੀ ਬਬਲੂ ਪਹਿਲਵਾਨ ਨੂੰ ਵੀ ਕੋਈ ਵੀ ਮੇਰਾ ਉਹ ਕਿਉਂ ਉਹਦਾ ਕੋਈ ਕਿਸੇ ਨਾਲ ਰੌਲਾ ਚੱਲ ਰਿਹਾ ਸੀ, ਪਰ ਜਿਸ ਤਰੀਕੇ ਨਾਲ ਜਿੰਮ ਤੋਂ ਨਿਕਲਦੇ ਉਹਦਾ ਕਤਲ ਹੋਇਆ ਤੇ ਉਹ ਵੀ ਲੋਕਾਂ 'ਚ ਕਾਫੀ ਉਹਦੀ ਚਰਚਾ ਹੈ। ਤੇ ਚਰਚਾ ਤਾਂ ਇਹ ਵੀ ਹੈ ਕਿ 52 ਸੀਟਾਂ 'ਤੇ ਬਿਠਾਉਣਾ ਹੈ PRTC ਵਾਲੇ ਕਹਿੰਦੇ, ਪਰ ਬਠਿੰਡਾ 'ਚ ਕੱਲ੍ਹ ਔਰਤਾਂ ਨੇ ਘਰ ਬੱਸ ਘੇਰ ਲਈ, ਕਹਿੰਦੇ ਸਾਨੂੰ ਅਸੀਂ 3-3 ਘੰਟੇ ਖੜ ਜਾਂਦੇ ਹਾਂ, ਸਾਨੂੰ ਤਾਂ ਕੁਛ ਮਿਲਦਾ ਨਹੀਂ, ਇਸ ਤਰ੍ਹਾਂ ਦੀ ਗੱਲ। ਲਾਰਡ ਆਰਡਰ 'ਤੇ ਵੀ ਇੱਕ ਸਵਾਲ ਕੱਲ ਉੱਠਿਆ, ਪਟਿਆਲਾ ਦੇ ਵਿੱਚ ਫਾਈਨਾਂਸ ਕੰਪਨੀ ਦਾ ਇੱਕ ਮੁੰਡਾ, ਉਹਦਾ ਬੈਗ ਲੁੱਟ ਲਿਆ ਤੇ ਉਹ ਕਲੈਕਸ਼ਨ ਕਰਕੇ ਆ ਰਿਹਾ ਸੀ, ਮਾਰਤਾ ਵਿਚਾਰਾ। ਮਤਲਬ ਇਸ ਕਿਸਮ ਦੀਆਂ ਖਬਰਾਂ ਸਾਨੂੰ ਇਹ ਜ਼ਰੂਰ ਕਹਿੰਦੀਆਂ ਨੇ ਕਿ ਭਾਈ ਮਾਨ ਸਾਹਿਬ ਲਾ ਐਂਡ ਆਰਡਰ ਵੱਲ ਵੀ ਧਿਆਨ ਦੇਣਾ ਬਹੁਤ ਜ਼ਰੂਰੀ ਹੈ। ਖੈਰ ਖਬਰਾਂ ਤਾਂ ਹੋਰ ਵੀ ਬਹੁਤ ਸੀ, ਪਰ ਕਿਉਂਕਿ ਵਕਤ ਇਹ ਕਹਿੰਦਾ ਥੋੜ੍ਹਾ ਆਗਿਆ ਲਈਏ, ਆਗਿਆ ਲੈਂਦੇ ਹਾਂ। ਮਿਲਦੇ ਹਾਂ ਕੱਲ੍ਹ ਸਵੇਰੇ 8 ਵਜੇ ਖਬਰ ਤੇ ਨਜ਼ਰ ਜਲਦੀ ਵਾਲੀ ਸ਼ੋਅ 'ਚ। ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਖਬਰ ਤੇ ਨਜ਼ਰ, ਹਾ ਹਾ।